ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨ ਨੇ ਸੈਂਟਾਨੈਲਾ ਅਤੇ ਮੰਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੌਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313-1313 ਉਸਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਫ੍ਰੈਸਡੋ ਵਾਲੇ ਵੈਸਟ ਕੋਸਟ ਟਰੱਕ ਸਕੂਲ, ਜਿੱਥੇ ਕਿ ਉਹ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ, ਵਧੀਆ ਤਰੀਕੇ ਦੇ ਨਾਲ ਜਿਹੜੀ ਉਹ ਟ੍ਰੇਨਿੰਗ ਦਿੰਦੇ ਨੇ। ਹੋਰ ਜਾਣਕਾਰੀ ਲਈ, ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਿਵੇਰਾ 559-800-0590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-9698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਾਂਗਰਸ ਨੂੰ ਕਹਿੰਦੇ ਵੋਟਿੰਗ ਮਸ਼ੀਨਾਂ 'ਤੇ ਸ਼ੱਕ, ਬੈਲਟ ਪੇਪਰ ਨਾਲ ਚੋਣਾਂ ਦੀ ਉਹਨਾਂ ਨੇ ਮੰਗ ਕੀਤੀ। ਦੇਖੋ, ਇਹਦਾ ਮਤਲਬ ਇਹ ਹੈ ਕਿ ਗੇਅਰ ਦੇ ਵਿੱਚ ਪੈ ਗਿਆ ਦੇਸ਼, ਪਰ ਉਹ ਗੇਅਰ ਰਿਹਾ ਇਲੈਕਸ਼ਨ ਦਾ। ਜਦੋਂ ਇਸ ਤਰ੍ਹਾਂ ਦੀਆਂ ਮਸ਼ਕਾਂ ਸ਼ੁਰੂ ਹੋ ਜਾਂਦੀਆਂ ਨਾ, ਜਿੱਦਾਂ ਦੀਆਂ ਹੁਣ ਸ਼ੁਰੂ ਹੋ ਗਈਆਂ, ਜਿਸ ਤਰੀਕੇ ਦੇ ਨਾਲ ਕਾਂਗਰਸੀਆਂ ਨੂੰ ਬੁਲਾਇਆ, ਦੂਸਰੇ ਹੋਰ ਕੁਛ ਇਸ ਤਰ੍ਹਾਂ ਦੇ ਦਲ ਆ ਜਿਹੜੇ ਵਿਰੋਧਤਾ ਵੀ ਕਰਦੇ, ਕੁਛ ਲੋਕ ਇਹੋ ਜਿਹੇ ਆ ਜਿਹੜੇ EVM ਦੇ ਹੱਕ 'ਚ ਖੜਦੇ, ਯਾਨੀ ਰਾਏ ਮੰਗੀ ਜਾ ਰਹੀ ਹੈ ਚੋਣ ਕਮਿਸ਼ਨ ਵੱਲੋਂ। ਜਿਹੜੀਆਂ ਜਾ ਕੇ ਉੱਥੇ ਰਾਏ ਪ੍ਰਗਟਾਈਆਂ ਜਾ ਰਹੀਆਂ, ਉਹਨਾਂ ਦੇ ਵਿੱਚੋਂ ਬਹੁਤੇ ਇਹੋ ਜਿਹੇ ਆ ਜਿਹੜੇ ਕਹਿੰਦੇ ਆ ਕਿ ਦੇਖੋ ਜੀ, ਮਾਮਲਾ ਜਿਹੜਾ ਗੜਬੜਾਇਆ ਪਿਆ, ਤੁਸੀਂ ਏਦਾਂ ਕਰੋ ਕਿ ਹੁਣ ਪੁਰਾਣੀ ਪ੍ਰਕਿਰਿਆ ਜਿਹੜੀ ਉਹਦੇ ਤੇ ਫੇਰ ਆ ਜਾਓ, ਮਤਲਬ ਕਿ ਬੈਲਟ ਪੇਪਰ ਜਿਹੜਾ ਉਹ ਅਪਣਾ ਲਵੋ। ਪਰ ਬਹੁਤ ਸਾਰੇ ਐਸੇ ਵੀ ਆ ਜਿਹੜੇ ਚੋਣ ਲੜਦੇ ਆ ਦਲ, ਕਿਉਂਕਿ ਤੁਹਾਨੂੰ ਪਤਾ ਕਿ ਸਾਰੀਆਂ ਖੇਤਰੀ ਪਾਰਟੀਆਂ ਤੇ ਨਹੀਂ ਬੁਲਾਈਆਂ ਜਾ ਸਕਦੀਆਂ। ਮੋਟੇ ਮੋਟੇ ਦਲ ਆ ਜਿਹੜੇ, ਚਾਹੇ ਉਹ ਖੇਤਰੀ ਆ ਚਾਹੇ ਉਹ ਕੌਮੀ ਦਲ ਆ, ਉਹ ਬੁਲਾ ਕੇ ਸੁਝਾਅ ਲੈ ਰਹੇ ਆ ਕਿ ਕਿਸ ਤਰ੍ਹਾਂ ਦਾ ਫੰਡਾ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਫਾਰਮੂਲਾ ਆਪਾਂ ਕੱਢੀਏ, ਤਾਂ ਕਿ ਜਿਹੜੇ ਵਿਵਾਦ ਉੱਠਦੇ ਆ, ਰੌਲੇ ਰੱਪੇ ਉੱਠਦੇ ਆ, ਇਹ ਸਾਰੇ ਜਿਹੜੇ ਬਿਠਾ ਦਿੱਤੇ ਜਾਣ। ਤਾਂ ਕਾਂਗਰਸ ਨੇ ਕਿਹਾ ਕਿ ਭਾਈ ਬੈਲਟ ਪੇਪਰ ਠੀਕ ਰਹੇਗਾ, ਕਿਉਂਕਿ EVM ਮਸ਼ੀਨਾਂ ਦੀ ਜਿਹੜੀ ਆ ਉਹ ਗੜਬੜੀ ਜ਼ਾਹਰ ਆ। ਵੈਸੇ ਉੜੀਸਾ ਵਾਲੇ ਜਿਹੜੇ ਬੀਜੂ ਜਨਤਾ ਦਲ ਵਾਲੇ ਆ, ਉਹ ਖੜੇ ਆ EVM ਦੇ ਹੱਕ ਦੇ ਵਿੱਚ। ਕਮਾਲ ਦੀ ਗੱਲ ਹੈ ਕਿ ਸ਼ਿਵ ਸੈਨਾ ਵਾਲੇ ਜਿਹੜੇ ਇਹਨਾਂ ਦੇ ਅਲਾਇੰਸ ਪਾਰਟਨਰ ਆ ਭਾਰਤੀ ਜਨਤਾ ਪਾਰਟੀ ਦੇ, ਉਹ ਕਹਿੰਦੇ ਨਹੀਂ, EVM ਤੇ ਬਿਲਕੁਲ ਗੜਬੜੀ ਦਾ ਘਰ ਆ। ਸੋ ਇਸ ਕਰਕੇ ਸਾਨੂੰ ਚਾਹੀਦਾ ਕਿ ਬੈਲਟ ਪੇਪਰ ਤੇ ਦੁਬਾਰਾ ਆ ਜਾਈਏ। ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਆ ਜਿਹੜੀ, ਉਹਨਾਂ ਨੇ ਵੀ ਆਪਣਾ ਇੱਕ ਰੁੱਖ ਰੱਖਿਆ। ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਵੀ ਮੇਰੇ ਖਿਆਲ ਦੇ ਨਾਲ ਇਹ ਮੁਖਾਲਫਤ ਕੀਤੀ ਹੈਗੀ ਆ ਮਸ਼ੀਨਾਂ ਦੀ। ਸੋ ਇਸ ਤਰ੍ਹਾਂ ਦੀਆਂ ਅਲੱਗ ਅਲੱਗ ਰਾਏ ਨਿਕਲ ਕੇ ਆਈਆਂ ਨੇ, ਕਿਸੇ ਨੇ ਹੱਕ 'ਚ, ਕਿਸੇ ਨੇ ਮੁਖਾਲਫਤ ਕੀਤੀ ਹੈ EVM ਮਸ਼ੀਨ ਦੀ। ਬਹਰਹਾਲ ਦੇਖੋ, ਜਿਸ ਤਰੀਕੇ ਦਾ ਹੁਣ ਇਹ ਸਾਰਾ ਕੁਛ ਕੀਤਾ ਜਾ ਰਿਹਾ, ਜਿਸ ਤਰੀਕੇ ਦਾ ਉੱਥੇ ਚਿੰਤਨ ਕੀਤਾ ਜਾ ਰਿਹਾ ਜਾਂ ਸੁਝਾਅ ਲਏ ਜਾ ਰਹੇ ਆ, ਮੇਰੇ ਹਿਸਾਬ ਦੇ ਨਾਲ ਇੱਕ ਸਿਰਫ ਰਸਮ ਪੂਰਤੀ ਆ, ਇੱਕ ਖਾਨਾ ਪੂਰਤੀ ਆ। ਕਿਉਂਕਿ ਮੈਨੂੰ ਨੀ ਲੱਗਦਾ, ਮਤਲਬ ਕਿ ਜੇ ਇੱਕ ਪ੍ਰੋਸੈਸ ਬਦਲ ਕੇ ਦੂਸਰੇ ਪ੍ਰੋਸੈਸ 'ਚ ਆਉਣਾ ਹੋਵੇ, ਮਤਲਬ ਕਿ EVM ਮਸ਼ੀਨਾਂ ਛੱਡ ਕੇ ਤੁਸੀਂ ਬੈਲਟ ਪੇਪਰ 'ਚ ਆਉਣਾ ਹੋਵੇ ਤੇ ਮਹੀਨੇ ਤੁਹਾਡੇ ਕੋਲ 3-4 ਹੋਣ, ਤੇ ਐਡਾ ਵੱਡਾ ਦੇਸ਼ ਹੋਵੇ ਤੇ ਬੁਨਿਆਦੀ ਢਾਂਚਾ ਜਿਹੜਾ ਇਹੋ ਜਿਹੇ ਕੰਮਾਂ ਦਾ ਤੁਹਾਡੇ ਕੋਲ ਬਹੁਤ ਥੋੜਾ ਬਹੁਤ ਛੋਟੇ ਪੱਧਰ ਦਾ ਹੋਵੇ, ਤਾਂ ਇਹ ਨੀ ਲੱਗਦਾ ਕਿ ਵਿਆਪਕ ਤੋਂ ਵਿਆਪਕ ਪੱਧਰ ਤੇ ਵੱਡੇ ਪੱਧਰ ਤੇ ਜਿਹੜੀ ਤਬਦੀਲੀ ਆ ਉਹ ਇੰਨੇ ਥੋੜੇ ਸਮੇਂ 'ਚ ਹੋ ਸਕੇ। ਸੋ ਇਹ ਸਾਰਾ ਜਿਵੇਂ ਕਹਿ ਸਕਦੇ ਹਾਂ ਨਾ ਕਿ ਇੱਕ ਸਿਰਫ ਤੇ ਸਿਰਫ ਕਾਗਜ਼ਾਂ ਦੇ ਜਿੱਤ ਕਰਨ ਵਾਲੀ ਗੱਲ ਆ, ਰਸਮ ਪੂਰਤੀ ਆ, ਚਾਹ ਪਾਣੀ ਹੋ ਗਿਆ, ਜਲ ਪਾਣ ਹੋ ਗਿਆ, ਚੋਣ ਕਮਿਸ਼ਨਰ ਦੇ ਨਾਲ ਮੁਲਾਕਾਤ ਹੋ ਗਈ ਹੋਊਗੀ, ਹਾਸੇ ਹਾਸੇ ਖੇਡੇ, ਜਿਵੇਂ ਫਿਲਮ 'ਚ ਕਹਿੰਦਾ ਦਾ ਹਾਸੀਆਂ ਖੇਡੀਆਂ ਕਰ ਲਈਆਂ ਹੋਣਗੀਆਂ 4 ਮਿੰਟ, ਹੋਰ ਕੁਛ ਨਹੀਂ ਆ ਜੀ। ਸੋ ਇਲੈਕਸ਼ਨ ਜਿਹੜਾ ਹੋਏਗਾ EVM ਮਸ਼ੀਨਾਂ ਤੇ ਹੀ ਹੋਏਗਾ, ਕਿਉਂਕਿ ਚੋਣ ਕਮਿਸ਼ਨ ਨੇ ਅੱਜ ਬਾਅਦ ਦੇ ਵਿੱਚ ਪ੍ਰਤੀਕਿਰਿਆ ਵੀ ਦਿੱਤੀ ਆ। ਉਹ ਕਹਿੰਦੇ ਆ ਕਿ EVM ਪੂਰੀ ਤਰ੍ਹਾਂ ਸੁਰੱਖਿਅਤ ਆ, VVPAT ਜਿਹੜੇ ਆ ਉਹ ਤੇ ਬਹੁਤ ਹੀ ਜ਼ਿਆਦਾ ਭਰੋਸੇਯੋਗ ਹੋ ਗਿਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਰਸਮ ਪੂਰਤੀ ਰਹਿ ਗਈਆਂ, ਇਲੈਕਸ਼ਨ ਜਿਹੜਾ ਉਹ ਫਿਰ ਦੁਬਾਰਾ EVM ਮਸ਼ੀਨਾਂ ਰਾਹੀਂ ਹੋਏਗਾ। ਖੈਰ,
ਜੇ ਮੰਨ ਲਓ ਇਹ ਆ ਵੀ ਜਾਂਦੇ ਬੈਲਟ ਪੇਪਰ ਤੇ ਰੌਲਾ ਫਿਰ ਵੀ ਨੀ ਨਿਬੜਦਾ, ਕਿਉਂਕਿ ਇੱਕ ਵਾਰੀ ਇੰਦਰਾ ਗਾਂਧੀ ਦੇ ਵੇਲੇ ਇੱਕ ਵਾਰੀ ਰੌਲਾ ਪੈ ਗਿਆ ਸੀਗਾ, ਕਿਤੇ ਰਸ਼ੀਆ ਦੇ ਵਿੱਚੋਂ ਬੈਲਟ ਪੇਪਰ ਮੰਗਾ ਲਏ ਆ। ਤੋ ਫਿਰ ਬਾਅਦ ਦੇ ਵਿੱਚ ਅਸੀਂ ਦੇਖਦੇ ਰਹੇ ਸੀਗੇ ਜਦੋਂ ਛੋਟੇ ਛੋਟੇ ਹੁੰਦੇ ਸੀਗੇ, ਉਹ ਡੱਬਾ ਚੱਕ ਕੇ ਲੈ ਗਿਆ, ਕੋਈ ਕਹਿੰਦਾ ਹੁੰਦਾ ਸੀਗਾ ਕਿ ਬੈਲਟ ਪੇਪਰ ਫਲਾਣਾ ਬਾਹਰ ਲੈ ਕੇ ਆਇਆ, ਉਹ ਫੜਿਆ ਗਿਆ। ਇਹ 100 ਸਿਆਪੇ ਆ ਜਿਹੜੇ ਬੈਲਟ ਪੇਪਰ ਦੇ ਵੀ ਹੈਗੇ ਆ। ਲੱਗਦਾ ਕਿ ਨਾ ਇਹ ਹੀਰ ਮੁੱਕਣੀ ਆ, ਨਾ ਸਰੰਗੀ ਟੁੱਟਣੀ ਆ, ਕੰਮ ਇਸ ਤਰ੍ਹਾਂ ਹੀ ਚੱਲਦਾ ਰਹੂਗਾ। ਵੈਸੇ ਕਿਤੇ ਪੇਪਰੇ ਲੱਗ ਜਾਵੇ, ਜਿਵੇਂ ਉਹ ਪੰਜਾਬੀ ਚਾਹੁੰਦੇ ਹੁੰਦੇ ਨਾ, ਮੁੰਡਾ ਹੋਵੇ ਚਾਹੇ ਕੁੜੀ, ਚਲੋ ਢਿੱਡ ਬੰਦਾ ਹੋ ਜਾਵੇ, ਕੁਛ ਵੀ ਹੋ ਜਾਵੇ, ਇਹ ਰੌਲਾ ਰੱਪੜ ਹੈ ਜਿਹੜਾ ਮੁੱਕ ਜਾਵੇ। ਪਰ ਲੱਗਦਾ ਨੀ ਹੈ ਕਿ ਇਹ ਪਾਣੀ ਚੋਂ ਵਧਾਣੀ ਨਿਕਲੂ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਖਿਰ ਕਹਿੰਦੇ ਅਸੈਂਬਲੀ ਚ ਪੇਸ਼ ਹੋਈ, ਆ ਗਿਆ ਉਹੀ ਟਾਈਮ ਉਡੀਕੀ ਜਾ ਰਹੀ ਸੀਗੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੜਤਾਲੀ ਆ ਰਿਪੋਰਟ ਆ ਜਿਹੜੀ ਉਹ ਕਦੋਂ ਟੇਬਲ ਹੋਗੀ। ਸੋ ਅੱਜ ਟੇਬਲ ਹੋ ਗਈ ਆ, ਔਰ ਟੇਬਲ ਹੋਈ ਆ ਦੇਰ ਸ਼ਾਮੀ। ਬਹਿਸ ਵੀ ਕੱਲ ਦਾ ਦਿਨ ਮੁਕਰਰ ਕੀਤਾ ਇਹਨਾਂ ਨੇ, 2 ਘੰਟੇ ਰੱਖਿਆ। ਵੈਸੇ ਸੰਕੇਤ ਇਹ ਮਿਲੇ ਆ ਕਿ ਬਹਿਸ ਲਈ ਸਮਾਂ ਜਿਹੜਾ ਨਿਸ਼ਚਿਤ ਕੀਤਾ ਗਿਆ, ਮੁਕਰਰ ਕੀਤਾ ਗਿਆ, ਤੈਅ ਕੀਤਾ ਗਿਆ, ਉਹਨੂੰ ਵਧਾਇਆ ਵੀ ਜਾ ਸਕਦਾ, ਐਕਸਟੈਂਡ ਵੀ ਕੀਤਾ ਜਾ ਸਕਦਾ। ਕਿੰਨਾ ਕਰਦੇ ਉਹ ਸਪੀਕਰ ਤੇ ਨਿਰਭਰ ਕਰਦਾ, ਤੋ ਕਿੰਨਾ ਸਮਾਂ ਜਿਹੜਾ ਉਹ ਵਧਾਉਂਦੇ, ਕਿੰਨੇ ਸਮੇਂ ਦਾ ਇਜ਼ਾਫਾ ਕਰਦੇ ਆ। ਬਹਿਰਹਾਲ ਅੱਜ ਖੂਬ ਡਰਾਮਾ ਹੋਇਆ, ਤੁਹਾਨੂੰ ਪਤਾ ਸੀਗਾ ਡਰਾਮਾ ਹੋਣਾ ਹੀ ਆ, ਕਿਉਂਕਿ ਇੱਥੇ ਡਰਾਮੇ ਦਾ ਪੈਕੇਜ ਸੀਗਾ ਪੂਰਾ। ਔਰ ਇਹ ਜਿਹੜਾ ਇਜਲਾਸ ਸੀਗਾ ਉਹ ਬੜਾ ਸੰਖੇਪ ਆ, ਬੜਾ ਛੋਟਾ, ਕਿਉਂਕਿ ਵਿੱਚ 2 ਛੁੱਟੀਆਂ ਆ ਗਈਆਂ। ਪਹਿਲੇ ਦਿਨ ਸ਼ਰਧਾਂਜਲੀ ਸਮਾਗਮ ਹੋ ਗਿਆ, ਅੱਜ ਥੋੜਾ ਬਹੁਤਾ ਜਿਹੜਾ ਕੰਮ ਹੋਇਆ, ਵੈਸੇ ਇਹਨਾਂ ਨੇ 3-4 ਮਤੇ ਜਿਹੜੇ ਉਹ ਪਗਾਏ ਆ। ਫਿਰ ਅਸਲ ਦੇ ਵਿੱਚ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਇਹ ਰਿਪੋਰਟ ਜਿਹੜੀ ਟੇਬਲ ਹੋਣੀ ਸੀ, ਉਹ ਤੋਂ ਪਹਿਲਾਂ ਅਕਾਲੀਆਂ ਨੇ ਉੱਥੇ ਰੇਹੜੀ ਲਾ ਲਈ ਆਪਣੀ, ਰੇਹੜੀ ਤੋਂ ਭਾਵ ਇਹ ਨਹੀਂ ਹੈ ਕਿ ਅਮਰੂਦ ਵੇਚਣ ਲੱਗ ਪਏ, ਉਹ ਇਹਨਾਂ ਨੇ ਉੱਥੇ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਕਾਪੀਆਂ ਜਿਹੜੀਆਂ ਉਹ ਸੇਲ ਤੇ ਲਾ ਦਿੱਤੀਆਂ। ਕਹਿੰਦੇ ਲਓ ਜੀ 5 ਰੁਪਏ ਦੀ ਚੱਕ ਲਓ, 5 ਰੁਪਏ ਦੀ ਚੱਕ ਲਓ। ਤੇ ਮਜੀਠੀਏ ਨੂੰ ਪੁੱਛਿਆ ਕਿ ਲਿਆਂਦੀਆਂ ਕਿੱਥੋਂ, ਜੇ ਕਹਿੰਦਾ ਕਵਾੜੀਆਂ ਤੋਂ ਲਿਆਂਦੀਆਂ। ਇਹਨਾਂ ਨੇ ਪੋਸਟਰ ਛਪਾਏ ਹੋਏ ਸੀਗੇ, ਖੂਬ ਤਮਾਸ਼ਾ ਕੀਤਾ, ਇਹਨਾਂ ਨੇ ਸੜਕਾਂ ਤੇ ਸੁੱਟ ਦਿੱਤੀਆਂ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਜਿਹੜੀਆਂ ਕਾਪੀਆਂ ਸਨ। ਤਾਂ ਇਸ ਤੋਂ ਬਾਅਦ ਫਿਰ ਜਦੋਂ ਇਹ ਰਿਪੋਰਟ ਟੇਬਲ ਹੋਈ, ਇਹ ਅੰਦਰ ਚੜੇ ਗਏ, ਨਾਲ ਦੀ ਨਾਲ ਫਿਰ ਵਾਕਆਊਟ ਕਰਕੇ ਬਾਹਰ ਆ ਗਏ। ਜਦੋਂ ਵਾਕਆਊਟ ਕਰਦੇ ਪਏ ਸੀ, ਸਿੱਧੂ ਨੇ ਘੇਰ ਲਿਆ। ਸਿੱਧੂ ਸੁਖਬੀਰ ਬਾਦਲ ਨੂੰ ਕਹਿੰਦਾ ਕਿ ਹੁਣ ਜੇ ਤੂੰ ਵਾਪਦਾ ਹੈ ਤੇ ਕੱਲ ਨੂੰ ਫਿਰ ਬਹਿਸ ਦੇ ਵਿੱਚ ਮੌਜੂਦ ਰਹੀ। ਇਹਦੇ ਵਾਸਤੇ ਅੱਗੇ ਸੁਖਬੀਰ ਬਾਦਲ ਨੇ ਵੀ ਕਾਫੀ ਅੱਗੋਂ ਖਰੀ ਖੋਟੀ ਸੁਣਾਈ। ਸੋ ਇਹ ਚੱਲਦਾ ਰਿਹਾ ਸਾਰਾ ਕੁਛ ਉੱਥੇ। ਦੂਸਰੇ ਪਾਸੇ ਇਹਨਾਂ ਨੇ ਆ ਕੇ ਧਰਨਾ ਵੀ ਲਾਇਆ, ਅਕਾਲੀਆਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਇਸ ਤੋਂ ਬਾਅਦ ਸੁਖਪਾਲ ਖਹਿਰੇ ਹੋਰਾਂ ਨੇ ਅਲੱਗ ਧਰਨਾ ਲਾ ਦਿੱਤਾ, ਕਿਉਂਕਿ ਬੈਂਸ ਬ੍ਰਦਰਸ ਸੀਗੇ ਜਿਹੜੇ ਉਹ ਪਾਣੀ ਦੇ ਮੁੱਦੇ ਨੂੰ ਲੈ ਕੇ ਧਰਨਾ ਲਾ ਰਹੇ ਸੀਗੇ। ਇਕਬਾਲ ਦੀ ਗੱਲ ਹੈ ਕਿ ਸੁਖਪਾਲ ਖਹਿਰਾ ਜਿਹੜਾ ਉਹ ਬੈਂਸ ਬ੍ਰਦਰਸ ਦੇ ਧਰਨੇ 'ਚ ਸ਼ਾਮਿਲ ਹੋਇਆ। ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਵੀ ਮੁਖਾਲਫਤ ਕੀਤੀ, ਪਰ ਉਹਨਾਂ ਦੀ ਮੁਖਾਲਫਤ ਜਿਹੜੀ ਆ ਉਹ ਇੰਨੀ ਸੁਰਖੀਆਂ 'ਚ ਆਈ ਨਹੀਂ। ਸੋ ਕੁੱਲ ਮਿਲਾ ਕੇ ਇਹ ਸਾਰਾ ਕੁਛ ਚੱਲਦਾ ਰਿਹਾ, ਇਹ ਪੋਲੀਟੀਕਲ ਡਰਾਮਾ ਤੁਹਾਨੂੰ ਪਤਾ ਹੀ ਹੈ ਜਿੱਦਾਂ ਹੋਣਾ ਸੀਗਾ ਇਹ ਹੁੰਦਾ ਰਿਹਾ। ਪਰ ਇਹਦੇ ਵਿੱਚੋਂ ਕੁਛ ਚੀਜ਼ਾਂ ਨਿਕਲੀਆਂ ਨੇ, ਹਾਲਾਂਕਿ ਚਰਚਾ ਇਹਦੇ ਤੇ ਹੋਣੀ ਆ, ਪਰ ਕੁਛ ਚੀਜ਼ਾਂ ਨਿਕਲੀਆਂ ਨੇ, ਉਹ ਮੈਂ ਜ਼ੇਰੇ ਗੌਰ ਕਰ ਦਿੰਦਾ ਤੁਹਾਡੇ। ਜਿੱਦਾਂ ਮੁਆਵਜ਼ੇ ਦੀ ਇੱਕ ਰਕਮ ਸੁਝਾਅ ਦੇ ਰੂਪ ਦੇ ਵਿੱਚੋਂ ਇਸ ਕਮਿਸ਼ਨ ਦੀ ਰਿਪੋਰਟ 'ਚ ਨਿਕਲੀ ਸੀਗੀ, ਤਾਂ ਇਹਨਾਂ ਨੇ ਕੀ ਕੀਤਾ ਕਿ ਤੁਰੰਤ ਫੁਰੰਤ ਉਹ ਅੱਜ ਜਿਹੜੀ ਇਹਨਾਂ ਨੇ ਸੁਝਾਅ ਦੇ ਰੂਪ ਦੇ ਵਿੱਚ ਦਿੱਤੀ ਸੀਗੀ ਸਿਫਾਰਿਸ਼, ਉਹ ਮੰਨ ਲਈ। ਔਰ ਇਹਨਾਂ ਨੇ 1 ਕਰੋੜ ਰੁਪਈਏ ਦਾ ਜਿਹੜਾ ਮੁਆਵਜ਼ਾ ਸੀਗਾ ਉਹ ਮ੍ਰਿਤਕਾਂ ਨੂੰ, ਦੋਨਾਂ ਨੂੰ ਜਿਹੜੇ ਬਹਿਦਲ ਕਾਂਡ ਦਾ ਸ਼ਿਕਾਰ ਹੋਏ ਸੀਗੇ, ਦੋਨਾਂ ਪਰਿਵਾਰਾਂ ਨੂੰ ਦੇ ਦਿੱਤਾ। ਤਾਂ ਉਹਦੇ ਵਿੱਚ 10-10 ਲੱਖ ਰੁਪਈਆ ਜਿਹੜਾ ਪਿਛਲੀ ਸਰਕਾਰ ਨੇ ਦਿੱਤਾ ਹੋਇਆ ਸੀਗਾ, 90-90 ਲੱਖ ਰੁਪਈਆ ਇਹਨਾਂ ਨੇ ਦੇ ਦਿੱਤਾ। ਇਸ ਤੋਂ ਇਲਾਵਾ ਜਿਹੜੇ ਗੰਭੀਰ ਜ਼ਖਮੀ ਸੀਗੇ ਉਹਨਾਂ ਲਈ ਵੀ ਇਹਨਾਂ ਨੇ 10-10 ਲੱਖ ਰੁਪਈਏ ਦਾ ਪ੍ਰਬੰਧ ਕਰ ਦਿੱਤਾ। ਤਾਂ ਕੁੱਲ ਮਿਲਾ ਕੇ ਮੇਰੇ ਖਿਆਲ ਦੇ ਨਾਲ 2 ਕਰੋੜ 90 ਲੱਖ ਰੁਪਈਆ ਜਿਹੜਾ ਉਹ ਮੁਆਵਜ਼ਾ ਅੱਜ ਇਹਨਾਂ ਨੇ ਵੰਡਿਆ ਵਾ। ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਵੱਡੀ ਹੋਈ ਆ ਉਹ ਇਹ ਆ ਕਿ 32 ਅਫਸਰ ਜਿਹਨਾਂ ਦੇ ਵਿੱਚ 18 ਸਿਵਲ ਦੇ ਆ, 14 ਪੁਲਿਸ ਦੇ ਆ, ਇਹਨਾਂ ਤੇ ਕਾਰਵਾਈ ਲਈ ਸਿਫਾਰਿਸ਼ ਕੀਤੀ ਆ। ਤਾਂ ਇਹਨਾਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਿਹੜੇ ਆ ਜਾਰੀ ਕਰ ਦਿੱਤੇ ਗਏ ਆ। ਕਾਫੀ ਵੱਡੇ ਅਫਸਰ ਆ ਜਿਹਨਾਂ ਦੇ ਵਿੱਚ ਮਸ਼ਹੂਰ ਨਾਂ, ਚਰਚਿਤ ਨਾਂ ਵੀ ਆ, ਬਦਨਾਮ ਨਾਂ ਵੀ ਆ, ਜਿੱਦਾਂ ਚਰਨਜੀਤ ਸਿੰਘ ਸ਼ਰਮਾ, ਤਤਕਾਲੀ ਫਿਰੋਜ਼ਪੁਰ ਰੇਂਜ ਦਾ ਜਿਹੜਾ DIG ਸੀਗਾ ਅਮਰ ਸਿੰਘ ਚਾਹਲ, ਕਾਨੂੰਨ ਤੇ ਵਿਵਸਥਾ ਵਧੀਕ DGP ਰੋਹਿਤ ਚੌਧਰੀ, ਔਰ ਇਸ ਤਰ੍ਹਾਂ ਦੇ ਕਈ ਆ। ਦੂਜੀ ਚੀਜ਼ ਜਿਹੜੀ ਇਸ ਮਾਮਲੇ 'ਚ ਸਭ ਤੋਂ ਵੱਡੀ ਨਿਕਲੀ ਇਹ ਤੇ ਹੈ ਕਿ ਨਾ ਸਿਵਲ ਦੇ ਤੇ ਪੁਲਿਸ ਅਧਿਕਾਰੀਆਂ ਦੇ ਜਿਹੜੇ ਨਾਮ ਆ ਕੁਛ, ਜਿਹਨਾਂ ਨੂੰ ਨੋਟਿਸ ਜਾਰੀ ਕਰ ਵੀ ਦਿੱਤੇ ਗਏ ਕਿਉਂਕਿ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ। ਜਿਹੜਾ ਸਭ ਤੋਂ ਵੱਡਾ ਇਸ ਮਾਮਲੇ ਦੇ ਵਿੱਚ ਅੱਜ ਜਿੱਦਾਂ ਧਮਾਕਾ ਕਹਿ ਲਓ, ਧਮਾਕਾ ਇਹ ਹੋਇਆ
ਇਸ ਰਿਪੋਰਟ ਦੇ ਆਧਾਰ ਤੇ ਇਹ ਗੱਲ ਜਿਹੜੀ ਹੈ ਚਰਚਾ ਦਾ ਵਿਸ਼ਾ ਬਣ ਗਈ ਆ ਕਿ ਸੁਮੇਧ ਸੈਣੀ ਨੇ ਸਟੇਟਮੈਂਟ ਦੇ ਦਿੱਤੀ ਸੀ ਕਿ ਜਿਹੜੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਸੀਗੇ ਉਹਦੀ ਜਾਣਕਾਰੀ ਜਿਹੜੀ ਸੀ ਸਾਰੀ ਦੀ ਸਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਗਈ। ਤਾਂ ਇੱਥੇ ਆ ਕੇ ਇਹ ਧਮਾਕਾ ਹੋ ਜਾਂਦਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਮਿਸ਼ਨ ਨੇ ਜ਼ਿੰਮੇਵਾਰ ਮੰਨਿਆ ਕਿ ਜੋ ਵੀ ਕੁਛ ਵਾਪਰਿਆ ਉਹਦੇ ਲਈ ਤਤਕਾਲੀਨ ਮੁੱਖ ਮੰਤਰੀ ਜਿਹੜਾ ਸੀਗਾ ਉਹ ਜ਼ਿੰਮੇਵਾਰ ਬਣਦਾ ਕਿਉਂਕਿ ਜਿਹੜੇ ਵੀ ਹੁਕਮ ਦਿੱਤੇ ਸੀਗੇ DGP ਪੰਜਾਬ ਪੁਲਿਸ ਨੇ ਉਹ ਮੁੱਖ ਮੰਤਰੀ ਨੂੰ ਨੋਟਿਸ ਤੇ ਲਿਆਉਣ ਤੋਂ ਬਾਅਦ ਦਿੱਤੇ ਸੀ। ਹੁਣ ਇਹ ਇੱਕ ਬੜਾ ਦਿਲਚਸਪ ਪੱਖ ਆ ਰਾਜਕਰਨਵੀਰ ਸਿੰਘ ਜੀ ਕਿ ਸਾਰੀਆਂ ਚੀਜ਼ਾਂ ਆਪਣੇ ਕੋਲ ਪਹਿਲਾਂ ਪਹੁੰਚ ਗਈਆਂ ਸੀਗੀਆਂ ਟੁੱਟਵੇਂ ਰੂਪ ਦੇ ਵਿੱਚ ਕਿ ਕੀ ਕੁਛ ਆ ਰਿਹਾ, ਪਰ ਕਮਾਲ ਦੀ ਗੱਲ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਆ ਔਰ ਇਸ ਕਮਿਸ਼ਨ ਦੇ ਵਿੱਚ ਹੁਣ ਤੱਕ ਜਿਹੜਾ ਅੱਜ ਵੀ ਜਿੱਦਾਂ ਰਿਪੋਰਟ ਟੇਬਲ ਹੋਈ ਰਿਪੋਰਟ ਜਿੱਦਾਂ ਅਕਾਲੀਆਂ ਨੇ ਰੋਲੀ ਸੜਕਾਂ ਤੇ ਜਿੱਦਾਂ ਸੋਸ਼ਲ ਮੀਡੀਆ ਤੇ ਆਪਾਂ ਦੇਖੀ ਆ ਜਾਂ ਮੀਡੀਆ ਦੇ ਹਿੱਸੇ ਚ ਛਪੀ ਵੇਖੀ ਆ ਹੈਰਾਨਗੀ ਇਸ ਗੱਲ ਦੀ ਆ ਕਿ ਵੱਡੇ ਬਾਦਲ ਨੂੰ ਕਿਸੇ ਦੇ ਤੌਰ ਤੇ ਜ਼ਿੰਮੇਵਾਰ ਬਣਾ ਦਿੱਤਾ ਕਿ ਛੋਟਾ ਬਾਦਲ ਹੈ ਜਿਹੜਾ ਉਹ ਕਿਤੇ ਵੀ ਜ਼ਿਕਰ ਤੇ ਨਹੀਂ ਹੋਇਆ ਇਸ ਕਮਿਸ਼ਨ ਦੀ ਰਿਪੋਰਟ ਚ। ਇਹ ਇੱਕ ਬਹੁਤ ਸ਼ੱਕੀ ਜਿਹਾ ਪੁਆਇੰਟ ਆ, ਬਹੁਤ ਸ਼ੱਕੀ ਜਿਹਾ ਪੁਆਇੰਟ ਆ ਕਿ ਜਿਸ ਬੰਦੇ ਦੇ ਹੱਥ ਸੂਬੇ ਦੀ ਪੂਰੀ ਬਾਗਡੋਰ ਸੀ, ਜਿਸ ਬੰਦੇ ਦੇ ਹੱਥ ਪੂਰੇ ਅਕਾਲੀ ਦਲ ਦੀ ਕਮਾਨ ਸੀ, ਜਿਹੜਾ ਬੰਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੂਰੀ ਸ਼ਕਤੀ ਹੈ ਜਿਹੜੀ ਉਹ ਆਪਣੇ ਹੱਥ ਚ ਲੈ ਕੇ ਚੱਲਦਾ ਸੀ, ਸ਼ਕਤੀ ਦਾ ਪੂਰਾ ਕੇਂਦਰੀਕਰਨ ਹੀ ਉਹਦੇ ਕੋਲ ਸੀਗਾ, ਤਾਂ ਉਸ ਬੰਦੇ ਦਾ ਰਿਪੋਰਟ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੈ। ਇੱਕ ਕਮਾਲ ਦੀ ਗੱਲ ਹੈ। ਔਰ ਜਿਹੜਾ ਉਸ ਸਮੇਂ ਹੋਮ ਮਿਨਿਸਟਰੀ ਦੇਖਦਾ, ਇਹ ਅੱਜ ਇੱਕ ਜਿਹੜਾ ਹੈ ਨਾ ਸ਼ੱਕੀ ਜਿਹਾ ਤੱਤ ਨਿਕਲਿਆ ਇਸ ਚੀਜ਼ ਦੇ ਵਿੱਚੋਂ। ਖੈਰ ਹੁਣ ਦੇਖਦੇ ਹਾਂ ਕਿ ਕੱਲ ਨੂੰ ਇਸ ਬਹਿਸ ਦੇ ਵਿੱਚ ਅੱਗੇ ਚੱਲ ਕੇ ਕੀ ਹੁੰਦਾ, ਕਿਉਂਕਿ ਐਕਸ਼ਨ ਟੇਕਨ ਰਿਪੋਰਟ ਜਿਹਨੂੰ ਕਹਿ ਦਿੰਦੇ ਆ ਉਹ ਵੀ ਨਾਲ ਦੇ ਦਿੱਤੀ ਗਈ ਹੈ। ਕਿਉਂਕਿ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਕੀ ਆ ਕਿ ਇਹਨਾਂ ਨੇ ਕੀ ਕੀ ਕਰਨਾ ਉਹ ਸੁਝਾਅ ਦੇ ਦਿੱਤਾ ਜਿਹੜੇ ਜਸਟਿਸ ਰਣਜੀਤ ਸਿੰਘ ਸੀਗੇ ਕਿ ਕੀ ਹੋਣਾ ਚਾਹੀਦਾ। ਵੈਸੇ ਇਹ ਵੀ ਇੱਕ ਕਮਾਲ ਦੀ ਗੱਲ ਆ ਕਿ ਜਿਹੜਾ ਇਹ ਸੁਝਾਅ ਦਿੱਤਾ ਜਾ ਰਿਹਾ ਕਿ CBI ਨੂੰ ਜਾਂਚ ਪੜਤਾਲ ਦਿੱਤੀ ਜਾ। ਮੈਂ ਸਮਝਦਾ ਕਿ ਜਦੋਂ CBI ਨੂੰ ਜਾਂਚ ਪੜਤਾਲ ਦੇਣੀ ਸੀ ਤੇ ਫਿਰ ਕਮਿਸ਼ਨ ਵਾਲਾ ਚੱਕਰ ਹਜੇ ਮਾਰਾ ਮਾਰੀ ਕਾਹਤੋਂ ਕਰਨੀ ਸੀ, ਸਿੱਧੀ CBI ਨੂੰ ਜਾਂਚ ਮਾਰ ਕਰ ਦਿੰਦੇ। ਪੁਲਿਸ ਅਫਸਰਾਂ ਵਾਲੀ ਜਿਹੜੀ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹ FIR ਤੇ ਪਹਿਲਾਂ ਵੀ ਵੈਸੇ ਹੋ ਚੁੱਕੀ ਆ, ਲੱਗਦਾ ਇਹੋ ਹੀ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਤਰ੍ਹਾਂ ਜ਼ਿਕਰ ਆਉਂਦਾ, ਹਾਲਾਂਕਿ ਮੈਂ ਪੱਕਾ ਨਹੀਂ ਹੈ, ਮੈਂ ਪੁਸ਼ਟੀ ਨਹੀਂ ਕਰਦਾ ਇਸ ਚੀਜ਼ ਦੀ ਕਿ ਸੁਖਬੀਰ ਸਿੰਘ ਬਾਦਲ ਦਾ ਨਾਂ ਨਹੀਂ ਹੈ, ਪਰ ਜਿੰਨਾ ਕੁ ਆਪਣੇ ਕੋਲ ਹੁਣ ਤੱਕ ਤੱਤਕਾਰ ਪਹੁੰਚਿਆ ਉਹਦੇ ਵਿੱਚ ਕਿਤੇ ਵੀ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਗਿਆ। ਸੋ ਕੱਲ੍ਹ ਨੂੰ ਜਦੋਂ ਚਰਚਾ ਹੁੰਦੀ ਆ ਜੇ ਕੋਈ ਤੱਥ ਨਿਕਲ ਆਵੇ ਉਹਦੇ ਲਈ ਆਪਾਂ ਚਲੋ ਕੱਲ ਗੱਲ ਕਰ ਲਵਾਂਗੇ, ਪਰ ਜੇ ਮੰਨ ਲਓ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਨਹੀਂ ਆਉਂਦਾ ਕੱਲਾ ਪ੍ਰਕਾਸ਼ ਸਿੰਘ ਬਾਦਲ ਦਾ, ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੋ ਜੀ ਸਿਹਤ ਦੇਖ ਰਹੇ ਹਾਂ ਆਪਾਂ, ਤਕਰੀਬਨ ਮੈਨੂੰ ਲੱਗਦਾ ਕਿ ਉਹਨਾਂ ਨੇ ਜਿੰਨੀਆਂ ਪਾਰੀਆਂ ਖੇਡੀਆਂ ਸੀ ਖੇਡ ਲਈ। ਤਾਂ ਇਸ ਤੋਂ ਬਾਅਦ ਫਿਰ ਅਗਲਾ ਸਵਾਲ ਸਭ ਤੋਂ ਵੱਡਾ ਇਹੋ ਹੀ ਉੱਠੂਗਾ ਨਾ ਕਿ ਠੀਕ ਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਹੋ ਗਿਆ ਪਰ ਲੱਗਦਾ ਨਹੀਂ ਹੈ ਕਿ ਉਹਨਾਂ ਨੂੰ ਕੋਈ ਫਿਕਰ ਹੋਏਗਾ, ਉਹ ਜਿਸ ਪੜਾ ਕੇ ਖੜੇ ਆ। ਦੂਜੀ ਚੀਜ਼ ਇਹ ਆ ਕਿ ਫਿਰ ਗੱਲ ਉੱਥੇ ਭੌਂਕੇ ਆ ਜਾਣੀ ਆ ਕਿ ਜਿਹੜੇ ਸਿਵਲ ਦੇ ਅਫਸਰ ਆ ਜਾਂ ਕੁਛ ਪੁਲਿਸ ਦੇ ਅਫਸਰ ਆ ਉਹ ਬੇਸ਼ੱਕ ਰਗੜੇ ਜਾਣ ਪਰ ਜਿਹੜੇ ਪੋਲੀਟੀਸ਼ੀਅਨ ਸੀ ਉਹ ਵੱਜ ਜਾਣ, ਔਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਜਿਹਦੇ ਪ੍ਰਤੀ ਲੋਕਾਂ ਦਾ ਗੁੱਸਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਸਾਰਾ ਕੀਤਾ ਕਰਾਇਆ ਉਹ ਫਿਰ ਸਾਈਡ ਤੇ ਪੈਂਦਾ। ਸੋ ਇਹ ਇੱਕ ਤੱਥ ਹੈ ਜਿਹੜਾ ਇਸ ਸਮੇਂ ਲੋਕਾਂ ਦੇ ਮੱਥੇ ਚ ਠਣਕਦਾ ਪਿਆ। ਵੇਖਦੇ ਹਾਂ ਕਿ ਹੁਣ ਕੀ ਬਣਦਾ, ਐਕਸ਼ਨ ਟੇਕਨ ਰਿਪੋਰਟ ਤੇ ਦੇਖਦੇ ਹਾਂ ਕਿ ਐਕਸ਼ਨ ਟੇਕ ਹੁੰਦਾ ਜਾਂ ਫਿਰ ਐਕਸ਼ਨ ਬ੍ਰੇਕ ਹੁੰਦਾ। ਸੋ ਦੇਖਾਂਗੇ ਕੱਲ ਨੂੰ, ਕਿਉਂਕਿ ਇਹਨਾਂ ਨੇ ਐਲਾਨ ਵੀ ਕਰ ਦਿੱਤਾ ਇਹ ਜਿਹੜੀ ਬਹਿਸ ਹੋਊਗੀ ਇਹ ਲਾਈਵ ਟੈਲੀਕਾਸਟ ਹੋਊਗੀ, ਹੁਣ ਕਿਹੜੇ ਕਿਹੜੇ ਚੈਨਲ ਤੇ ਹੋਊਗੀ ਇਹ ਵੀ ਸਵੇਰੇ ਪਤਾ ਲੱਗੂਗਾ। ਸੋ ਕੱਲ ਦਾ ਦਿਨ ਹੈ ਜਿਹੜਾ ਉਹ ਰਾਜਨੀਤੀ ਦੇ ਲਿਹਾਜ਼ ਦੇ ਨਾਲ ਬਹੁਤ ਮਹੱਤਵਪੂਰਨ ਰਹੇਗਾ। ਜੀ ਜੀ ਬਿਲਕੁਲ, ਤੇ ਅਗਲੀ ਗੱਲ ਇਸੇ ਨਾਲ ਹੀ ਜੁੜੀ ਕਰ ਲਈਏ ਵੀ ਕਹਿੰਦੇ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਉੱਧਰ ਦਾਦੂਵਾਲ ਨੂੰ ਘੇਰਿਆ, ਉਹਨਾਂ ਨੇ ਐ ਪੂਰੀ ਜਿੱਦਾਂ ਪੜਤਾਲੀਆ ਆਪ ਹੀ ਕੀਤੀ ਹੁੰਦੀ ਹੈ। ਅੱਜ ਤੇ ਵਾਕਈ ਸੁਖਬੀਰ ਸਿੰਘ ਬਾਦਲ 007 ਵਾਲਾ ਬਣਿਆ ਪਿਆ ਸੀਗਾ, ਜਿਸ ਤਰੀਕੇ ਨਾਲ ਤਸਵੀਰਾਂ ਲੋਕੇਸ਼ਨਾਂ ਜਿਸ ਤਰੀਕੇ ਨਾਲ ਟ੍ਰਾਂਸੈਕਸ਼ਨਾਂ ਕੱਢ ਕੇ ਲਿਆ ਸੁਖਬੀਰ ਸਿੰਘ ਬਾਦਲ, ਕਮਾਲ ਹੀ ਕਰ ਗਿਆ। ਵੈਸੇ ਇਸ ਗੱਲ ਤੋਂ ਤੇ ਕੋਈ ਨੀ ਮੁਨਕਰ ਹੋ ਸਕਦਾ ਕਿ ਏਦਾਂ ਲੱਗਦਾ ਕਿ ਹਾਲੇ ਵੀ ਅੱਧਾ ਪਚੱਤਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਆ, ਕਿਉਂਕਿ ਦੇਖੋ ਨਾ ਇੰਨੀਆਂ ਚੀਜ਼ਾਂ ਕੱਢ ਲਿਆਉਣੀਆਂ ਰਾਤੋ ਰਾਤ ਬੜੀ ਅਹਿਮੀਅਤ ਰੱਖਦੀ ਹੈ ਇਹ ਚੀਜ਼। ਔਰ ਮੈਂ ਤੇ ਸਮਝਦਾ ਕਿ ਜਿਹੜੇ ਲੋਕ ਰਾਤੋ ਰਾਤ ਲੋਕੇਸ਼ਨਾਂ ਕੱਢ ਸਕਦੇ ਆ ਕਿ ਦਾਦੂਵਾਲ ਸਾਹਿਬ ਦੀ ਗੱਡੀ ਕਿੱਥੇ ਫਿਰਦੀ ਸੀ, ਉਹ ਕਿਹੜੇ ਟੋਲ ਪਲਾਜ਼ਾ ਤੋਂ ਲੰਘਿਆ, ਕਿਹੜੇ ਗੇਟ ਤੋਂ ਕਿੰਨੇ ਵਜੇ ਐਂਟਰ ਹੋਇਆ, ਤੇ ਉਹਨਾਂ ਬੰਦਿਆਂ ਲਈ ਰਿਪੋਰਟ ਲੀਕ ਕਰਵਾਉਣੀ ਫਿਰ ਕਿੱਡੀ ਕੋਈ ਗੱਲ ਹੈ।
ਜਿਹੜੇ ਬੰਦੇ ਟੈਲੀਫੋਨ ਦੀਆਂ ਲੋਕੇਸ਼ਨਾਂ ਕਢਾ ਸਕਦੇ ਆ, ਗੱਡੀਆਂ ਦੀਆਂ ਲੋਕੇਸ਼ਨਾਂ ਕਢਾ ਸਕਦੇ ਆ, ਤਾਂ ਮੈਂ ਸਮਝਦਾ ਕਿ ਜਿਹੜੀ ਰਿਪੋਰਟ ਲੀਕ ਹੋਈ ਆ ਅਕਾਲੀ ਉੱਤੋਂ ਤੋਂ ਕਹਿੰਦੇ ਹੋਣੇ ਆ ਕਿ ਜਾਂਚ ਪੜਤਾਲ ਕਰਾਓ ਜੀ, ਜਾਂਚ ਪੜਤਾਲ ਕਰਾਓ ਕਿ ਕਿੱਦਾਂ ਲੀਕ ਹੋਈ ਆ। ਲੱਗਦਾ ਵੀ ਉਹੀ ਆ ਕਿ ਜਿਸ ਤਰੀਕੇ ਨਾਲ ਪਹੁੰਚ ਰੱਖਦੇ ਆ, ਇਹ ਲੀਕ ਕਰਨ ਵਾਲਾ ਕੰਮ ਕਿਹੜਾ, ਕੋਈ ਵੱਡਾ ਕੰਮ ਨਹੀਂ ਹੈ ਜਿਸ ਤਰੀਕੇ ਨਾਲ ਅੱਜ ਇਹਨਾਂ ਨੇ ਖੋਜ ਕੀਤੀ ਆ। ਖੈਰ ਇਹ ਮਸਲਾ ਕੀ ਸ਼ੁਰੂ ਹੋਇਆ, ਮਸਲਾ ਇਸ ਤੋਂ ਸ਼ੁਰੂ ਹੋਇਆ ਕਿ ਮਜੀਠੀਏ ਨੇ ਅੱਧੀ ਰਾਤ ਇੱਕ ਟਵੀਟ ਕੀਤਾ, ਇਹ ਕਹਿੰਦਾ ਕਿ ਵੇਖ ਲਓ ਆ ਦਾਦੂਵਾਲ ਹੈ ਜਿਹੜਾ ਉਹ ਫਿਰਦਾ ਇਸ ਸਮੇਂ ਮੁੱਖ ਮੰਤਰੀ ਦੀ ਰਿਹਾਇਸ਼ ਤੇ। ਤਾਂ ਠੀਕ ਉਸੇ ਸਮੇਂ ਤਾਰਾ ਖੜਕੀਆਂ ਕੁਛ ਪੱਤਰਕਾਰ ਜਿਹੜੇ ਆ ਉਹ ਬਰਗਾੜੀ ਪਹੁੰਚੇ, ਉਹਨਾਂ ਨੇ ਮੌਕੇ ਤੇ ਜਾ ਕੇ ਧਿਆਨ ਸਿੰਘ ਮਾਂਡੂ ਉਹਨਾਂ ਨੂੰ ਉਠਾ ਲਿਆ। ਉਹ ਕਹਿੰਦੇ ਜੀ ਤੁਹਾਡਾ ਸਾਥੀ ਕਿੱਥੇ ਆ, ਉਹ ਕਹਿੰਦੇ ਜੀ ਉਹ ਤੇ ਚਲੇ ਗਏ ਆ। ਉਹ ਕਹਿੰਦੇ ਕਿੱਥੇ, ਉਹ ਕਹਿੰਦੇ ਸਾਨੂੰ ਤੇ ਪਤਾ ਨੀ। ਤਾਂ ਉਹ ਤੋਂ ਬਾਅਦ ਫਿਰ ਇਹ ਚਰਚਾ ਚੱਲ ਪਈ ਅੱਧੀ ਰਾਤ ਤੋਂ ਬਾਅਦ ਕਿ ਇਹ ਚੱਲਦਾ ਕੀ ਪਿਆ। ਫਿਰ ਦਿਨ ਚੜ੍ਹਦੇ ਨੂੰ ਤੇ ਲਾਲਾ 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 ਹੋ ਗਈ। ਹਾਲਾਂਕਿ ਦੋ ਤਿੰਨ ਇੰਟਰਵਿਊ ਜਿਹੜੀਆਂ ਵੱਖ ਵੱਖ ਅਦਾਰਿਆਂ ਨੂੰ ਦਾਦੂਵਾਲ ਨੇ ਦੇ ਦਿੱਤੀਆਂ, ਉਹ ਕਹਿੰਦਾ ਜੀ ਮੈਂ ਤਾਂ ਕਿਤੇ ਗਿਆ ਹੀ ਨਹੀਂ ਆ। ਹੁਣ ਜਦੋਂ ਪੱਤਰਕਾਰ ਪੁੱਛਦੇ ਸੀਗੇ ਕਿ ਤੁਸੀਂ ਕੱਲ ਰਾਤ ਕਿੱਥੇ ਸੀ ਇਹ ਦੱਸ ਦਿਓ, ਤੇ ਉਹ ਕਹਿੰਦੇ ਸੀ ਕਿ ਇਹ ਦੱਸਣਾ ਜ਼ਰੂਰੀ ਨਹੀਂ, ਪਰ ਜੋ ਟਵੀਟ ਕੀਤਾ ਵਿਕਰਮ ਮਜੀਠੀਏ ਨੇ ਉਹ ਬਿਲਕੁਲ 100% ਝੂਠ। ਫਿਰ ਉਹਨਾਂ ਨੇ ਕਿਹਾ ਕਿ ਪਹਿਲਾਂ ਮੈਨੂੰ ਡੇਰਾ ਸਰਸੇ ਵਾਲਾ ਮਾਰਨੂੰ ਫਿਰਦਾ ਸੀਗਾ, ਹਥਿਆਰ ਇਹਨਾਂ ਨੇ ਮੁਹੱਈਆ ਕਰਵਾਏ ਸੀ, ਹੁਣ ਇਹ ਸਾਲਾ ਭਣੋਈਆ ਮੇਰੇ ਪਿੱਛੇ ਪਏ, ਇਹਨਾਂ ਨੂੰ ਪਤਾ ਨੀ ਕੀ ਲੈਣਾ ਮੈਥੋਂ। ਚੱਕ ਕੇ ਤੇ ਉਹ ਕਹਿੰਦਾ ਦੋਵੇਂ ਪਾਗਲ ਹੋ ਗਏ ਆ, ਦਾਦੂਵਾਲ ਸਾਹਿਬ ਕਹਿੰਦਾ। ਪਰ ਦੇਰ ਸ਼ਾਮ ਇਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ, ਕਿਉਂਕਿ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਵਾਪਰ ਗਈ ਸੀ, ਉਹ ਇਹ ਸੀਗੀ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੰਨ ਲਿਆ ਕਿ ਦਾਦੂਵਾਲ ਸਾਹਿਬ ਜਿਹੜੇ ਆ ਉਹ ਕੱਲ ਸ਼ਮੀ ਮੈਨੂੰ ਮਿਲ ਕੇ ਗਏ ਰਾਤ ਨੂੰ। ਤਾਂ ਇੱਥੋਂ ਫਿਰ ਕਹਾਣੀ ਆ ਜਿਹੜੀ ਉਹ ਯੂ ਟਰਨ ਮਾਰਦੀ ਆ ਕਿ ਦਾਦੂਵਾਲ ਸਾਹਿਬ ਤੇ ਕਹਿੰਦੇ ਆ ਕਿ ਮੈਂ ਕਿਸੇ ਨੂੰ ਮਿਲਿਆ ਨਹੀਂ ਆ, ਤੇ ਉਹ ਕਹਿੰਦੇ ਆ ਕਿ ਮਿਲਿਆ, ਤੇ ਜਦਕਿ ਅਕਾਲੀ ਕਹਿੰਦੇ ਸੀਗੇ ਕਿ ਇਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਨਹੀਂ ਮਿਲੇ ਬਲਕਿ ਮੁੱਖ ਮੰਤਰੀ ਦੀ ਰਿਹਾਇਸ਼ ਤੇ ਗਏ ਆ। ਇਹਨਾਂ ਦਾ ਮੇਲ ਮਿਲਾਨ ਹੋਇਆ, ਜਦੋਂ ਮੀਡੀਆ ਨੂੰ ਪਤਾ ਲੱਗ ਗਿਆ ਤਾਂ ਫਿਰ ਇੱਕ ਮੰਤਰੀ ਦੀ ਗੱਡੀ 'ਚ ਪਿਛਲੀ ਸੀਟ ਤੇ ਲੰਬੇ ਪੈ ਕੇ ਉੱਥੋਂ ਨਿਕਲੇ, ਤੇ ਫਿਰ ਦੂਸਰੇ ਮੰਤਰੀ ਦੇ ਘਰ ਜਾ ਕੇ ਇਹਨਾਂ ਨੇ ਮੰਤਰਣਾ ਕੀਤੀ ਆ, ਮੰਤਰਣਾ ਕੀਤੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੇ ਪ੍ਰੈਸ ਕਾਨਫਰੰਸ 'ਚ ਫਿਰ ਮੈਸ਼ਰ ਕਰ ਦਿੱਤੀਆਂ। ਇੱਥੋਂ ਤੱਕ ਕਿ ਇਹਨਾਂ ਨੇ ਇੱਕ ਚੰਨਣ ਸਿੰਘ ਨਾਂ ਦੇ ਵਿਅਕਤੀ ਦਾ ਜ਼ਿਕਰ ਕੀਤਾ, ਕਿਆ ਜਿਹੜਾ ਚੰਨਣ ਸਿੰਘ ਸਿੱਧੂ ਆ ਇਹਦਾ ਫਾਰਮ ਹਾਊਸ ਆ, ਉਹਦੀ ਫੋਟੋ ਲਾਈ ਗਈ ਬਕਾਇਦਾ ਕਿ 9:00 ਇੰਨੇ ਮਿੰਟ ਤੇ ਇੰਨੀ ਤਰੀਕ ਨੂੰ ਆਹ ਬੰਦੇ ਆ ਜਿਹੜੇ ਉੱਥੇ ਗਏ, ਉਹਨਾਂ ਦੇ ਨਾਲ ਜਸਟਿਸ ਰਣਜੀਤ ਸਿੰਘ ਵੀ ਸੀਗਾ, ਔਰ ਇਹਦੇ ਵਿੱਚ ਜ਼ਿਕਰ ਆਇਆ ਸੁਖਪਾਲ ਖਹਿਰੇ ਦਾ ਵੀ। ਫਿਰ ਇਸ ਤੋਂ ਅਗਲੀ ਚੀਜ਼ ਉਹਨਾਂ ਨੇ ਇਹ ਫਿਰ ਦੁਬਾਰਾ ਕੀਤੀ ਕਿ ਦਾਦੂਵਾਲ ਸਾਹਿਬ ਦਾ ਜਿੱਥੋਂ ਗੁਜ਼ਰਿਆ ਗੱਡੀ ਦਾ ਕਾਫਲਾ ਕਹਿ ਲੈ ਕੇ ਗੱਡੀ ਗੱਲ, ਉਹਨਾਂ ਨੇ ਟੋਲ ਪਲਾਜ਼ੇ ਦੀ ਉਹ ਸਮਾਂ ਵੀ ਦੇ ਦਿੱਤਾ, ਫਰੂਡ ਦੇ ਇਲਾਕੇ ਦਾ ਸ਼ਾਇਦ ਜਾਂ ਜ਼ੀਰਕਪੁਰ ਦੇ ਇਲਾਕੇ ਦਾ। ਹਾਲਾਂਕਿ ਦਾਦੂਵਾਲ ਸਾਹਿਬ ਕਹਿੰਦੇ ਕਿ ਗੱਡੀਆਂ ਵਰਗੀਆਂ ਗੱਡੀਆਂ ਤੇ ਕਈ ਹੁੰਦੀਆਂ, ਮੈਂ ਥੋੜੀ ਜ਼ਿੰਮੇਵਾਰ ਹਾਂ, ਪਰ ਉਹਨਾਂ ਨੇ ਇਹ ਨਹੀਂ ਸਾਫ਼ ਕੀਤਾ ਕਿ ਉਹ ਕਿੱਥੇ ਸਨ। ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਕਿ ਇਹਨਾਂ ਨੇ ਸਾਰੇ ਖਾਤੇ ਕਢਾ ਕੇ ਦਾਦੂਵਾਲ ਸਾਹਿਬ ਨੂੰ ਕਿਹਾ ਕਿ ਆਹ ਦੇਖ ਲਓ ਜੀ 10 ਸਾਲਾਂ 'ਚ ਇਹਨਾਂ ਦੇ ਖਾਤੇ 'ਚ 16.5 ਕਰੋੜ ਰੁਪਇਆ ਜਿਹੜਾ ਬਾਹਰੋਂ ਆਇਆ, ਹੁਣ ਇਹ ਦੱਸਣ ਕਿ ਬਾਹਰ ਇਹਨਾਂ ਨੇ ਮਿਲਾਂ ਲਾਈਆਂ ਜਾਂ ਉੱਤੇ ਇਹਨਾਂ ਦੇ ਚੈਨਲ ਚੱਲਦੇ ਆ, ਇਹ ਦੱਸਣ ਇਹ ਪੈਸਾ ਕਿੱਥੋਂ ਆਇਆ। ਪਰ ਅਕਾਲੀ ਵੀ ਇਹ ਦੱਸਣ ਕਿ 10 ਸਾਲਾਂ 'ਚ 8.5 ਸਾਲ ਤੇ ਤੁਸੀਂ ਰਾਜ ਕੀਤਾ, ਇਹ ਸਾਰਾ ਕੁਛ ਹੁੰਦਾ ਰਿਹਾ ਤੇ ਉਦੋਂ ਤੁਸੀਂ ਚੁੱਪ ਕਿਉਂ ਰਹੇ? ਕਈ ਮੌਕਿਆਂ ਤੇ ਤਾਂ ਦਾਦੂਵਾਲ ਤੁਹਾਨੂੰ ਬੜਾ ਮਿੱਠਾ ਲੱਗਦਾ ਹੁੰਦਾ ਸੀਗਾ, ਜਦੋਂ ਥੋੜਾ ਜਿਹਾ ਤੁਹਾਡੇ ਤੋਂ ਪਾਸੇ ਹੋ ਰਿਹਾ ਉਦੋਂ ਉਹਦੇ ਤੇ ਕਈ ਮੁਕੱਦਮੇ ਕਰ ਦਿੱਤੇ, ਤੇ ਇਹੋ ਜਿਹੇ ਮੁਕੱਦਮੇ ਕਰ ਦਿੱਤੇ ਕਿ 57 ਦੀ ਜਮਾਨਤ ਵੀ ਜਿਹੜੀ ਆ ਉਹ ਦਾਦੂਵਾਲ ਨੂੰ ਜਾ ਕੇ ਹਾਈਕੋਰਟ ਚੋਂ ਲੈਣੀ ਪਈ ਸੀਗੀ। ਫਿਰ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਜੋ ਕਰਨਾ ਸੀ ਸੋ ਕਰ ਦਿੱਤਾ। ਪਰ ਕੁੱਲ ਮਿਲਾ ਕੇ ਰਾਜ ਕਰਮਵੀਰ ਸਿੰਘ ਦੀ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ, ਸੁਖਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਦੇ ਨਾਲ ਅੱਜ ਕਾਊਂਟਰ ਕੀਤਾ ਕਾਂਗਰਸ, ਤਾਂ ਇਹ ਉਹਦਾ ਓਨਾ ਨੁਕਸਾਨ ਨਹੀਂ ਕਰ ਸਕੇ ਜਿੰਨਾ ਸੋਚ ਕੇ ਚੱਲਦੇ ਪਏ, ਉਲਟਾ ਉਹ ਨੁਕਸਾਨ ਕਰਕੇ ਆ ਰਹੇ। ਕਿਉਂਕਿ ਜਿਸ ਤਰੀਕੇ ਨਾਲ ਉਹਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਤਰੀਕੇ ਨਾਲ ਵਾਕਆਊਟ ਕੀਤਾ, ਜਿਸ ਤਰੀਕੇ ਨਾਲ ਉਹ ਸੇਲ ਲਾ ਦਿੱਤੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਸੁਰਖੀਆਂ ਬਣ ਗਈਆਂ, ਜਦਕਿ ਇਹਨਾਂ ਦਾ ਜੋ ਪੈਂਤੜਾ ਸੀ ਉਹ ਪਿੱਛੇ ਛੁੱਟ ਗਿਆ। ਸੋ ਸੁਖਬੀਰ ਬਾਦਲ ਕੱਲਾ ਇੱਕ ਵਾਰੀ ਫਿਰ ਇਹਨਾਂ ਤੇ ਭਾਰੀ ਪਿਆ, ਇਹ ਮੰਨਣਾ ਪਊਗਾ ਕਿ ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਹੈ ਜਿਹੜੀ ਉਹ ਇਹਨਾਂ ਨੂੰ ਅੱਜ ਪਛਾੜ ਗਈ ਆ। ਹੁਣ ਕੱਲ ਕੀ ਬਣੂਗਾ ਉਹ ਇੱਕ ਵੱਖਰੀ ਗੱਲ ਹੈ, ਕਿਉਂਕਿ ਦੇਖੋ ਨਾ ਕਿਸ ਤਰੀਕੇ ਨਾਲ ਸਮੀਕਰਨ ਜੋੜੇ, ਤੁਸੀਂ ਹੈਰਾਨ ਹੋਵੋਗੇ ਕਿ ਅਕਸ਼ੇ ਕੁਮਾਰ ਅਚਾਨਕ ਸਾਹਮਣੇ ਆ ਜਾਂਦਾ ਹੈ। ਅਕਸ਼ੇ ਕੁਮਾਰ ਕਹਿੰਦਾ ਕਿ ਨਹੀਂ ਜੀ ਮੇਰਾ ਤਾਂ ਕੋਈ ਇਸ ਮਾਮਲੇ 'ਚ ਹੈ ਨੀ, ਜਿਹੜਾ ਡੀਲ ਵਾਲਾ ਰੌਲਾ ਪੈਂਦਾ। ਹਿੰਮਤ ਸਿੰਘ ਪਹਿਲਾਂ ਮੁੱਕਰ ਗਿਆ, ਫਿਰ ਇਸ ਤੋਂ ਇਲਾਵਾ ਵੱਡੀ ਜਿਹੜੀ ਇਸ ਮਾਮਲੇ ਦੇ ਵਿੱਚ ਪ੍ਰਗਤੀ ਹੋਈ ਉਹ ਇਹ ਆ ਕਿ ਜਿਹੜਾ SIT ਦਾ ਮੁਖੀ ਆ ਰਣਵੀਰ ਸਿੰਘ ਖੱਟੜਾ ਉਹ ਸਾਹਮਣੇ ਆ ਗਿਆ, ਉਹਦੀਆਂ ਅਚਾਨਕ ਇੰਟਰਵਿਊ ਚੱਲਣ ਲੱਗ ਪਈਆਂ,
ਤੇ ਉਹ ਇਹਨਾਂ ਦਾ ਗੁਣ ਗਾਉਣ ਲੱਗ ਪਿਆ ਕਿ ਨਹੀਂ ਜੀ ਅਕਾਲੀ ਭਾਜਪਾ ਵਾਲਿਆਂ ਤੇ ਬਹੁਤ ਸ਼ਿੱਦਤ ਦੇ ਨਾਲ ਮੈਨੂੰ ਹੁਕਮ ਦਿੱਤੇ ਹੋਏ ਸੀਗੇ ਕਿ ਤੂੰ ਬਸ ਭਾਈ ਇਹ ਵਾਲ ਦੀ ਖੱਲ ਲਾਉਣੀ ਲਾਉਣੀ ਆ, ਪਤਾ ਕਰਨਾ ਹੀ ਕਰਨਾ ਕਿ ਦੋਸ਼ੀ ਕੌਣ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਕਿਤੇ ਨਾ ਕਿਤੇ ਇਹਨਾਂ ਨੂੰ ਬਚਾਅ ਦਾ ਮੌਕਾ ਦੇਣੀਆਂ। ਹੁਣ ਕਿਵੇਂ ਵਾਪਰੀਆਂ, ਰਾਈਟ ਟਾਈਮ ਤੇ ਕੀ ਇਤਫਾਕ ਸੀਗਾ ਜਾਂ ਸੋਚਿਆ ਸਮਝਿਆ ਕੁਛ ਇਹਨਾਂ ਦਾ ਕਾਰਨਾਮਾ ਸੀਗਾ, ਪਰ ਜੋ ਵੀ ਸੀ ਉਹਦਾ ਅਸਰ ਵੇਖਣ ਨੂੰ ਮਿਲਿਆ ਕਿ ਜਿੰਨਾ ਇਹ ਨੁਕਸਾਨ ਸੋਚ ਕੇ ਆਏ ਸੀਗੇ ਕਿ ਕਰਾਂਗੇ, ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੁਕਸਾਨ ਅਕਾਲੀ ਦਲ ਦਾ ਹੋਇਆ ਨੀ। ਹਾਂ ਕੱਲ ਨੂੰ ਕੀ ਹੋਣਾ ਕੁਛ ਨੀ ਕਿਹਾ ਜਾ ਸਕਦਾ ਕਿਉਂਕਿ ਕੱਲ ਨਾ ਜਿਹੜਾ ਉਹ ਖਲਦਾ। ਜੀ, ਤੇ ਓਦਾਂ ਵੈਸੇ ਮਿੰਟੂ ਜੀ ਸੁਖਬੀਰ ਬਾਦਲ ਹੁਣਾਂ ਨੂੰ ਇੰਨਾ ਕੁਛ ਪਤਾ ਲੱਗ ਗਿਆ, ਤੇ ਬਹਿਬਲ ਕਲਾਂ ਕਾਂਡ ਦੇ ਵਿੱਚ ਕਿਹਨਾਂ ਨੇ ਗੋਲੀ ਚਲਾਈ ਉਹਦੇ ਬਾਰੇ ਨਹੀਂ ਪਤਾ ਲੱਗ ਸਕਿਆ ਸੀ? ਨਾ ਨਾ ਜੀ, ਉਹ ਕਹਿੰਦੇ ਕਿ ਅਣਪਛਾਤੀ ਪੁਲਿਸ, ਉਹ ਨਹੀਂ ਪਛਾਣੀ ਜਾਂਦੀ। ਉਹ ਤਾਂ ਓਦਾਂ ਤੇ ਲੋਕੇਸ਼ਨਾਂ ਕੱਢੀ ਫਿਰਦੇ ਆ, ਓਦਾਂ ਤੇ ਖਾਤੇ ਕੱਢੀ ਫਿਰਦੇ ਆ, ਸਾਰਾ ਕੁਛ ਕੱਢੀ ਫਿਰਦੇ ਆ। ਦੇਖੋ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਹਾਣੀਦਾਰ, ਹੁਣ ਜਿਹੜੀਆਂ ਗੱਲਾਂ ਇਹਨਾਂ ਦੀ SIT ਕੱਢਦੀ ਫਿਰਦੀ ਆ, ਇੱਥੇ ਪੰਜਾਬ ਦਾ ਬੱਚਾ ਬੱਚਾ ਅੱਜ ਤੋਂ 3 ਸਾਲ ਪਹਿਲੇ ਇਹ ਗੱਲਾਂ ਕਹਿਣ ਲੱਗ ਪਿਆ ਸੀਗਾ ਕਿ ਇਹਨਾਂ ਬੰਦਿਆਂ ਨੇ, ਆ ਡੇਰੇ ਵਾਲੇ ਜੁੜੇ ਆ ਜਿਹੜੇ, ਇਹਨਾਂ ਨੇ ਹੀ ਬੇਅਦਬੀ ਕੀਤੀ ਆ। ਇਹ ਗੱਲ ਪੰਜਾਬ ਦਾ ਅੱਜ ਤੋਂ 2-2.5 ਸਾਲ ਪਹਿਲਾਂ ਬੱਚਾ ਵੀ ਤੁਹਾਨੂੰ ਦੱਸ ਸਕਦਾ। ਸੋ ਇਹ ਚੀਜ਼ਾਂ ਤੇ ਪਤਾ ਹੀ ਆ ਸੁਖਬੀਰ ਸਿੰਘ ਬਾਦਲ ਹੋ ਰਹੀ ਜਿਸ ਤਰੀਕੇ ਦੀ ਰਾਜਨੀਤੀ ਕਰਦੇ ਪਏ, ਤੋਂ ਪਤਾ ਹੀ ਆ ਕਿ ਆਪਣੀਆਂ ਕੀਤੀਆਂ ਨੂੰ ਧੱਕਦੇ ਪਏ ਆ। ਇਹ ਨਹੀਂ ਦੱਸ ਰਹੇ ਕਿ ਅਸੀਂ ਉਸ ਸਮੇਂ ਸਿੱਖ ਕੌਮ ਦੇ ਨਾਲ ਖੜ ਕੇ ਇੱਕ ਲੜਾਈ ਲੜ ਰਹੇ ਸੀ, ਨਹੀਂ। ਉਹ ਇਹਨਾਂ ਦੇ ਕੋਲ ਕਥਾਤਮਕ ਮਸਾਲਾ ਨਹੀਂ ਹੈ ਜਿਹੜਾ ਦੱਸ ਕੇ ਸਾਬਤ ਕਰ ਦੇਣ ਕਿ ਅਸੀਂ ਉਸ ਸਮੇਂ ਸੰਗਤ ਦੇ ਨਾਲ ਸੀ, ਨਾ ਕਿ ਹਕੂਮਤ ਵਾਲੇ ਪਾਸੇ ਖੜੇ। ਤਾਂ ਇਹ ਇਹਨਾਂ ਦੇ ਕੋਲੇ ਕੁਛ ਵੀ ਨਹੀਂ ਆ, ਸਿਰਫ ਤੇ ਸਿਰਫ ਆਪਣੀਆਂ ਕੀਤੀਆਂ ਨੂੰ ਟੱਕ ਰਿਹਾ। ਔਰ ਜਿਸ ਤਰੀਕੇ ਨਾਲ ਸਹਿਯੋਗ ਮਿਲਦਾ ਪਿਆ ਨਾ ਦੂਸਰੇ ਪਾਸੇ, ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਜੇ ਆਪਾਂ ਉਹ ਕਮਿਸ਼ਨ ਦੇਖ ਲਈਏ ਜਾਂ ਉਹ ਕਮਿਸ਼ਨ ਦੀਆਂ ਵਿੱਚ ਚੀਜ਼ਾਂ ਦੇਖ ਲਈਏ ਜੋ ਮੈਂਸ਼ਨ ਹੋਈਆਂ, ਲੱਗਦਾ ਇਹੋ ਆ ਕਿ ਇਹਨਾਂ ਨੂੰ ਸਹਿਯੋਗ ਵੀ ਮਿਲ ਰਿਹਾ। ਐਸੀ ਗੱਲ ਨਹੀਂ ਹੈ, ਇਹ ਜੋ ਕੁਛ ਕਰਦੇ ਪਏ, ਕੋਸ਼ਿਸ਼ ਜਿਹੜਾ ਇਹ ਯਤਨ ਕਰਦੇ ਪਏ, ਉਹਦੇ ਵਿੱਚ ਇਹਨਾਂ ਨੂੰ ਪੂਰਨ ਸਹਿਯੋਗ ਵੀ ਮਿਲਦਾ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਪਾਸੇ ਲੁਕਵੇਂ ਰੂਪ ਦੇ ਵਿੱਚ। ਔਰ ਦੂਜੀ ਚੀਜ਼ ਸਭ ਤੋਂ ਵੱਡੀ ਆ ਨਾ ਕਿ ਕੱਲੀ ਜੇ ਪੁਲਿਸ ਅਰਪਛਾਤੀ ਦੀ ਗੱਲ ਹੋਵੇ ਨਾ, ਫਿਰ ਵੀ ਬੰਦਾ ਮਰ ਲੈਂਦਾ। ਦੇਖ ਲਓ ਬੰਦੇ 2 ਮਾਰ ਦਿੱਤੇ, ਔਰ ਉਸ ਤੋਂ ਬਾਅਦ ਇੱਕ ਬੜੀ ਮੈਂ ਤੁਹਾਨੂੰ ਦਿਲਚਸਪ ਗੱਲ ਦੱਸਣ ਲੱਗਾ ਕਿ ਜਿੱਥੋਂ ਸਾਫ਼ ਪਤਾ ਲੱਗ ਜਾਂਦਾ ਕਿ ਇਹ ਗੇਮ ਜਿਹੜੀ ਆ ਉਹ ਸਾਰਿਆਂ ਨੇ ਰਲ ਕੇ ਖੇਡੀ ਸੀਗੀ। ਤਾਂ ਜਦੋਂ ਇਹ 2 ਬੰਦੇ ਮਰ ਗਏ, ਉਸ ਤੋਂ ਬਾਅਦ ਪੋਸਟਮਾਰਟਮ ਹੋਇਆ, ਜਿਹੜੀਆਂ ਮ੍ਰਿਤਕ ਦੇਹਾਂ ਚੋਂ ਗੋਲੀਆਂ ਕੱਢੀਆਂ ਗਈਆਂ, ਉਹ ਗੋਲੀਆਂ 2-3 ਮਹੀਨੇ ਉਸੇ ਪੁਲਿਸ ਦੀ ਕਸਟਡੀ ਚ ਪਈਆਂ ਰਹੀਆਂ ਜਿਹੜੀ ਪੁਲਿਸ ਨੇ ਬੰਦੇ ਮਾਰੇ ਸੀ। ਔਰ ਕਮਾਲ ਦੀ ਗੱਲ ਹੈ ਕਿ ਜਿਹੜੀ ਸਟੇਟ ਦੀ ਫੋਰੈਂਸਿਕ ਲੈਬੋਰਟਰੀ ਸੀਗੀ, ਉਹਦੇ ਵਿੱਚ ਤਾਂ ਇਹ ਹੋ ਗਿਆ ਜੀ ਕਿ ਇਹ ਗੋਲੀਆਂ ਜਿਹੜੀਆਂ ਉਹ ਦੂਸਰੇ ਹਥਿਆਰਾਂ ਤੋਂ ਚੱਲੀਆਂ, ਇਹ ਸਹੀ ਆ, ਯਾਨੀ ਇਹਨਾਂ ਨੂੰ ਧੱਕ ਦਿੱਤਾ ਗਿਆ। ਪਰ ਜਦੋਂ ਸੈਂਟਰ ਦੀ ਫੋਰੈਂਸਿਕ ਲੈਬ ਦੇ ਵਿੱਚੋਂ ਪੜਤਾਲ ਹੋਈ, ਇਹਨਾਂ ਨੇ ਸਿੱਧਾ ਕਹਿਤਾ ਕਿ ਇਹ ਗੋਲੀਆਂ ਨਾਲ ਟੈਂਪਰਿੰਗ ਹੋਈ ਆ, ਮਤਲਬ ਕਿ ਇਹ ਗੋਲੀਆਂ ਨਾਲ ਛੇੜਛਾੜ ਕੀਤੀ ਗਈ। ਦੱਸੋ, ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਟੇਟ ਦੀ ਫੋਰੈਂਸਿਕ ਲੈਬ ਕੀ ਕਹਿ ਰਹੀ ਆ ਔਰ ਸੈਂਟਰ ਦੀ ਫੋਰੈਂਸਿਕ ਲੈਬ ਕੀ ਕਹਿ ਰਹੀ ਆ। ਜੇ ਟੈਂਪਰਿੰਗ ਹੋਈ ਆ ਤੇ ਇਹਦਾ ਮਤਲਬ ਆ ਕਿ ਸਾਰਾ ਕੁਛ ਆ ਜਿਹੜਾ ਇਹ ਉਦੋਂ ਵੀ ਮਿਲ ਮਿਲਾ ਕੇ ਚੱਲਦਾ ਰਿਹਾ ਜਦੋਂ 2 ਬੰਦੇ ਜਿਹੜੇ ਨਿਰਦੋਸ਼ ਇਹਨਾਂ ਨੇ ਕਤਲ ਕਰ ਦਿੱਤੇ ਸੀ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ 37 ਸਾਲ ਪੁਰਾਣੇ ਜਹਾਜ਼ ਅਗਵਾ ਕੇਸ ਚੋਂ ਸਤਨਾਮ ਸਿੰਘ ਤੇ ਤਜਿੰਦਰ ਸਿੰਘ ਬਰੀ। ਦੇਖੋ ਇਹ ਬਹੁਤ ਵੱਡੀ ਰਾਹਤ ਆ ਇਹਨਾਂ 2 ਬਜ਼ੁਰਗਾਂ ਦੀ, ਕਿਉਂਕਿ ਹੁਣ ਤੇ ਬਜ਼ੁਰਗੀ ਦੀ ਅਵਸਥਾ ਚ ਨੇ ਸਤਨਾਮ ਸਿੰਘ ਦੀ ਔਰ ਤਜਿੰਦਰਪਾਲ ਸਿੰਘ ਦੀ। ਪਰ ਇਹ ਉਹ ਲੋਕ ਨੇ ਜਿਹੜੇ ਕਿਸੇ ਸਮੇਂ ਭਾਵਨਾਤਮਕ ਤੌਰ ਤੇ ਜਾਂ ਜਜ਼ਬਾਤੀ ਤੌਰ ਤੇ ਕਹਿ ਲਈਏ ਕਿ ਇੰਨਾ ਜ਼ਿਆਦਾ ਅਗਰੈਸਿਵ ਸੀ, ਇਹਨਾਂ ਨੇ ਹਾਈਜੈਕਿੰਗ ਕੀਤੀ ਸੀ। ਔਰ ਉਹ ਜਹਾਜ਼ ਜਿਹੜਾ ਇੰਡੀਆ ਦੇ ਵਿੱਚ ਸ਼ਾਇਦ ਮੇਰੇ ਖਿਆਲ ਦੇ ਨਾਲ ਦਿੱਲੀ ਤੋਂ ਸ਼੍ਰੀਨਗਰ ਚੱਲਿਆ ਸੀਗਾ, ਇਹਨਾਂ ਨੇ ਲਾਹੌਰ ਜਾ ਲਾਇਆ ਸੀਗਾ। ਦਲ ਖਾਲਸਾ ਵਾਲੇ ਸੀਗੇ ਉਹ, ਜਿਹੜੇ ਗਜਿੰਦਰ ਸਿੰਘ ਜੀ ਆ ਜਲਾਵਤਨੀ ਕੱਟ ਦੇ, ਉਹ ਵੀ ਇਹਨਾਂ ਦੇ ਲੀਡਰ ਸੀਗੇ। ਇਹ 5 ਜਣੇ ਸਨ, ਕਿਉਂਕਿ ਵਿਸਤ੍ਰਿਤ ਜਾਣਕਾਰੀ ਨਹੀਂ ਮਿਲੀ, ਇਹ ਅੱਜ ਫੈਸਲਾ ਆਇਆ। ਪਰ ਜਿੰਨਾ ਕੁ ਪੜ੍ਹਿਆ ਸੁਣਿਆ ਅਖਬਾਰਾਂ ਦੇ ਵਿੱਚ ਛੋਟੇ ਹੁੰਦੇ ਤੋਂ, ਕਿ ਜਿਹੜਾ ਉਹ ਇਹਦਾ ਖਬਰਾਂ ਚ ਸੁਣਦੇ ਹੁੰਦੇ ਸੀਗੇ, ਤਾਂ ਇਹ 2 ਜਿਹੜੇ ਸੀਗੇ ਸਤਨਾਮ ਸਿੰਘ ਜੀ ਤੇਜਿੰਦਰਪਾਲ ਸਿੰਘ ਜੀ, ਇਹ ਵਾਪਸ ਆ ਗਏ ਸਨ ਇੰਡੀਆ ਦੇ ਵਿੱਚ। ਸ਼ਾਇਦ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਕੈਦ ਕੱਟਣੀ ਪਈ 14 ਸਾਲ। ਉਸ ਤੋਂ ਬਾਅਦ 3 ਸਾਲ ਜਿਹੜੇ ਸੀ ਇਹਨਾਂ ਦੇ ਸ਼ਾਇਦ ਅਮਰੀਕਾ ਕੈਨੇਡਾ ਦੀਆਂ ਜੇਲਾਂ ਚ ਸੀਗੇ। ਉਸ ਤੋਂ ਬਾਅਦ ਡਿਪੋਰਟ ਕਰਕੇ ਜਦੋਂ ਲਿਆਂਦੇ ਗਏ ਸੀਗੇ, ਜਿਹੜਾ ਕੌਮਾਂਤਰੀ ਹਵਾਈ ਅੱਡਾ ਦਿੱਲੀ ਦਾ, ਉੱਥੇ ਇਹਨਾਂ ਦੀ ਫਿਰ ਗ੍ਰਿਫਤਾਰੀ ਪਾ ਲਈ ਗਈ ਸੀ। ਭਾਰਤ ਸਰਕਾਰ ਨੇ ਦੇਸ਼ ਵਿਰੁੱਧ ਜੰਗ ਛੇੜਨ ਦਾ ਕੇਸ ਇਹਨਾਂ ਤੇ ਦਾਇਰ ਕਰ ਦਿੱਤਾ ਸੀ ਦੁਬਾਰਾ। ਹੁਣ ਦੇਖੋ, ਇੱਕ ਬੰਦਾ ਇੱਕ ਥਾਂ ਜੁਰਮ ਕਰਦਾ, ਸਜ਼ਾ ਭੁਗਤ ਕੇ ਆ ਗਿਆ, ਫਿਰ ਉਹ ਦੂਜੀ ਥਾਂ ਤੇ ਉਸੇ ਕੇਸ ਦੇ ਵਿੱਚ, ਇਹ ਤੇ ਬਹੁਤ ਗਲਤ ਹੈ ਨਾ। ਜਿੱਦਾਂ ਆਪਾਂ ਹੁਣ ਮੰਨ ਕੇ ਚੱਲੀਏ ਕਿਸੇ ਬੰਦੇ ਨੇ ਬੰਦਾ ਮਾਰ ਦਿੱਤਾ, ਤੇ ਉਹਨੂੰ ਤੁਸੀਂ 2 ਵਾਰੀ ਫਾਂਸੀ ਥੋੜੀ ਦੇ ਸਕਦੇ। ਉਮਰ ਕਹਿੰਦੇ ਉਹ ਪਹਿਲਾਂ ਕੱਟ ਕੇ ਪਾਕਿਸਤਾਨ ਚ,
ਫਿਰ ਬਾਹਰਲੇ ਦੇਸ਼ਾਂ ਦੀਆਂ ਜੇਲ੍ਹਾਂ ਚ ਕੁਛ ਹੋਰ ਘੱਟ ਆਏ ਤਾਂ ਇੱਥੇ ਇੱਥੋਂ ਵਾਲਿਆਂ ਨੇ ਵੀ ਚੁੱਕ ਲਿਆ। ਇਹ ਕੇਸ ਚੱਲਿਆ, ਫਿਰ ਜਮਾਨਤ ਤੇ ਇਹਨਾਂ ਨੂੰ ਮਿਲ ਗਈ ਸੀਗੀ, ਤਾਂ ਫੈਸਲਾ ਹੁਣ ਅਸੀਂ ਸਾਰਿਆਂ ਦੀ ਨਿਗਾਹ ਜਿਹੜੀ ਉਹ ਜੇਲ੍ਹ ਤੇ ਸੀ, ਕਿਉਂਕਿ ਦੇਖੋ ਉਮਰ ਦੇ ਇਸ ਪੜਾਅ ਤੇ ਪਹੁੰਚ ਗਏ ਸਨ ਕਿ ਜਦੋਂ ਇਹਨਾਂ ਨੇ ਹਾਈਜੈਕਿੰਗ ਕੀਤੀ ਉਦੋਂ ਤੇਜਿੰਦਰਪਾਲ ਸਿੰਘ ਜੀ ਦੀ ਉਮਰ 29 ਸਾਲ ਸੀ ਮੇਰੇ ਖਿਆਲ ਦੇ ਨਾਲ, ਸਤਨਾਮ ਸਿੰਘ ਜੀ ਦੀ ਜਿਹੜੀ ਸੀਗੀ ਉਹ 30 ਸਾਲ ਦੇ ਕਰੀਬ ਸੀ। ਤੇ ਅੱਜ ਅੰਦਾਜ਼ਾ ਲਾ ਲਓ ਤੁਸੀਂ ਇਹ ਗੱਲ ਜਿਹੜੀ ਆ 1981 ਦੀ ਆ, ਇਹਦਾ ਮਤਲਬ ਹੈ ਕਿ 66-67 ਵਰ੍ਹਿਆਂ ਦੇ ਹੋਏ ਪਏ ਆ। ਤਾਂ ਇਸ ਉਮਰ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਕੇਸ ਦਾ ਫੈਸਲਾ ਆਉਣਾ ਉਹ ਫਿਰ ਬੜਾ ਮਹੱਤਵਪੂਰਨ ਹੋ ਜਾਂਦਾ। ਸੋ ਸਾਰਿਆਂ ਦੀ ਨਿਗਾਹ ਲੱਗੀ ਹੋਈ ਸੀਗੀ ਕਿ ਕਿਤੇ ਕੋਈ ਇਹੋ ਜਿਹੀ ਗੱਲ ਨਾ ਵਾਪਰ ਜਾਵੇ ਕਿ ਇਹ ਦੋ ਲੋਕ, ਦੋ ਵਿਅਕਤੀ, ਦੋ ਬਜ਼ੁਰਗ ਆ ਜਿਹਨਾਂ ਨੇ ਬਹੁਤ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਗੁਜ਼ਾਰਿਆ, ਕਿ ਕਿਤੇ ਇਹਨਾਂ ਨੂੰ ਹੋਰ ਸਸਤਾ ਨਾ ਪੈ ਸਕੇ। ਪਰ ਅੱਜ 37 ਨੰਬਰ ਵੈਸੇ ਕੇਸ ਦਾ ਫੈਸਲਾ ਵੀ ਮੇਰੇ ਖਿਆਲ ਦੇ ਨਾਲ 37 ਸਾਲ ਬਾਅਦ ਹੀ ਹੋ ਗਿਆ, 83 ਜੇ ਹੁਣ ਲਾਈਏ 37 ਤੇ 37 ਨੰਬਰ ਹੀ ਕੋਰਟ ਦਾ ਕਮਰਾ ਸੀਗਾ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਤਾਂ 37 ਨੰਬਰ ਹੀ ਕੋਰਟ ਦਾ ਕਮਰਾ ਸੀਗਾ ਜਿਸ ਜੱਜ ਨੇ ਇਹਨਾਂ ਨੂੰ ਬੁਲਾਇਆ, ਬੁਲਾ ਕੇ ਕਿਹਾ ਕਿ ਜਾਓ ਭਾਈ ਤੁਸੀਂ ਭਾਈ ਦੱਸਦੇ ਆ ਕਿ ਇਹ ਜੋਸ਼ ਦੇ ਵਿੱਚ ਆ ਗਈ, ਕਿਉਂਕਿ ਜਜ਼ਬਾਤੀ ਲੋਕ ਆ, ਇਹਨਾਂ ਨੇ ਉੱਥੇ ਜਗਾਰੇ ਵੀ ਛੱਡ ਦਿੱਤੇ ਆ। ਖੈਰ ਬਹੁਤ ਵੱਡੀ ਰਿਲੀਫ ਆ, ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਤੇ ਟਵੀਟ ਕੀਤਾ, ਅਦਾਲਤ ਦਾ ਸ਼ੁਕਰੀਆ ਕੀਤਾ। ਜੀ ਜੀ, ਅਗਲੀ ਗੱਲ ਕਰਦੇ ਹਾਂ 84 ਕਤਲਿਆਂ ਮਾਮਲੇ ਤੇ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਭੇੜ। ਦੇਖੋ ਇਹ ਜਿਹੜਾ ਭੇੜ ਆ, ਇਹ ਭੇੜ ਸ਼ੁਰੂ ਹੋਇਆ ਰਾਹੁਲ ਗਾਂਧੀ ਤੋਂ। ਰਾਹੁਲ ਗਾਂਧੀ ਦਾ ਬਿਆਨ ਆ ਗਿਆ, ਬਰਤਾਨੀਆ ਚ ਗਿਆ ਹੋਇਆ, ਤੁਸੀਂ ਉਹ ਸੁਣ ਹੀ ਲਿਆ ਹੋਣਾ ਕਿ ਕਾਂਗਰਸ ਦਾ ਸਿੱਖ ਕਤਲੇਆਮ ਚ ਕੋਈ ਹੱਥ ਨਹੀਂ ਸੀਗਾ। ਤਾਂ ਇਹ ਰੌਲਾ ਪੈਣਾ 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 ਇੱਥੇ ਪੈਣਾ ਹੀ ਸੀਗਾ। ਸੋ ਇੱਥੇ ਪੈ ਗਿਆ, ਅਕਾਲੀਆਂ ਨੇ ਚੁੱਕ ਲਿਆ ਮੁੱਦਾ। ਔਰ ਵੇਖੋ ਇਹ ਅਕਾਲੀਆਂ ਨੂੰ ਮੁੱਦੇ ਜਿਹੜੇ ਆ, ਉਹ ਜਿਵੇਂ ਆਉਂਦੇ ਹੁੰਦੇ ਨਾ ਕਿ ਅੰਨੇ ਦੇ ਪੈਰ ਥੱਲੇ ਬਟੇਰਾ ਆਉਣ ਵਾਲੀ ਗੱਲ ਆ। ਅਕਾਲੀਆਂ ਨੂੰ ਮੁੱਦੇ ਬਣੇ ਬਣਾਏ ਮਿਲੇ ਇਹਨਾਂ ਦੋ ਤਿੰਨ ਦੇ। ਮੈਂ ਜਿਵੇਂ ਤੁਹਾਨੂੰ ਕਿਹਾ ਨਾ, ਪਤਾ ਨੀ ਇਤਫਾਕ ਆ ਜਾਂ ਜਾਣ ਬੁੱਝ ਕੇ ਚੀਜ਼ਾਂ ਵਾਪਰੀਆਂ, ਇਹ ਸਮਝ ਤੋਂ ਪਰੇ ਆ। ਤਾਂ ਅਕਾਲੀਆਂ ਦੇ ਹੱਕ ਚ ਬਹੁਤ ਕੁਛ ਗਿਆ ਇਹਨਾਂ ਦੋ ਤਿੰਨ ਦਿਨਾਂ ਦੇ। ਤਾਂ ਹੋਇਆ ਕਿ ਇਹ ਮੁੱਦਾ ਵੀ ਅਕਾਲੀਆਂ ਦੇ ਹੱਥ ਲੱਗ ਗਿਆ। ਅੱਜ ਵੀ ਜਦੋਂ ਇਹ ਰਿਪੋਰਟ ਟੇਬਲ ਹੋ ਰਹੀ ਸੀ, ਅਕਾਲੀ ਇਸੇ ਚੀਜ਼ ਨੂੰ ਲੈ ਕੇ ਰੌਲਾ ਪਾ ਰਹੇ ਸੀਗੇ। ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਇੱਕ ਵਾਰੀ ਪਤਾ ਨੀ ਜਾਣੇ ਚ ਜਾਣ ਜਾਣੇ ਚ ਇਮਦਾਦ ਫੇਰ ਅਕਾਲੀਆਂ ਦੀ ਕਰ ਦਿੱਤੀ। ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਆਪ ਹੀ ਅੱਜ ਕਹਿ ਗਿਆ, ਹੁਣ ਇੱਕ ਪਾਸੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਛਾਪਿਆ ਕੱਲ ਪ੍ਰੈਸ ਦੇ ਵਿੱਚ, ਪ੍ਰੈਸ ਨੋਟ ਦੇ ਕੇ, ਕਿ ਦੇਖੋ ਜੀ ਕੁਛ ਬੰਦੇ ਜਿਹੜੇ ਉਹ ਗਲਤ ਹੋ ਸਕਦੇ ਆ, ਪਰ ਕਾਂਗਰਸ ਪਾਰਟੀ ਦਾ ਤੇ ਕੋਈ ਹੱਥ ਨੀ ਸੀਗਾ ਨਾ ਇਹਦੇ ਵਿੱਚ। ਔਰ ਜਿਹੜਾ ਰਾਹੁਲ ਗਾਂਧੀ ਸੀ ਉਹ ਤੇ 8-9 ਸਾਲਾਂ ਦਾ ਉਦੋਂ ਸਕੂਲੀ ਬੱਚਾ ਸੀਗਾ, ਉਹਨੂੰ ਕੀ ਪਤਾ ਐਵੇਂ ਅਕਾਲੀ ਬੇਤੁਕੀਆਂ ਗੱਲਾਂ ਕਰਦੇ ਆ। ਪਰ ਅੱਜ ਜਿਵੇਂ ਹੀ ਸਦਨ ਦੇ ਵਿੱਚ ਅਕਾਲੀਆਂ ਨੇ ਥੋੜਾ ਦਬਾਅ ਬਣਾਇਆ ਇਸ ਮੁੱਦੇ ਤੇ, ਰੌਲਾ ਰੱਪਾ ਪਿਆ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਨਾਂ ਲੈ ਦਿੱਤੇ ਕੁਛ ਕਿ ਆਹ ਕਾਂਗਰਸੀ ਬੰਦੇ ਸ਼ਾਮਲ ਸਨ, ਪਰ ਕਾਂਗਰਸ ਥੋੜੀ ਸ਼ਾਮਲ ਸੀ। ਉਹ ਕਹਿੰਦੇ ਕਿ ਤੁਹਾਡਾ ਰਾਹੁਲ ਗਾਂਧੀ ਹੈ ਜਿਹੜਾ, ਉਹ ਤੇ ਕਹਿੰਦਾ ਕਿ ਕਾਂਗਰਸ ਦੀ ਕੋਈ ਇਨਵੋਲਵਮੈਂਟ ਹੈ ਹੀ ਨੀ ਗੀ, ਤੇ ਤੁਸੀਂ ਕਹਿੰਦੇ ਹੋ ਕਿ ਆਹ ਬੰਦੇ ਆ, ਜੇ ਬੰਦੇ ਹੀ ਗਏ ਤੇ ਤੁਸੀਂ ਇਹਨਾਂ ਨੂੰ ਪਾਰਟੀ ਚ ਹੁਣ ਤੱਕ ਰੱਖੀ ਕਿਉਂ ਰੱਖਿਆ? ਬੰਦੇ ਉਹੀ ਆ, ਸੱਜਣ ਕੁਮਾਰ, ਭਗਤ, ਇਹੋ ਜਿਹੇ ਬੰਦਿਆਂ ਦੇ ਨਾਂ ਲੈ ਕੇ ਇਹਨਾਂ ਨੇ ਇਹ। ਕੈਪਟਨ ਸਾਹਿਬ ਕਹਿੰਦੇ ਜੀ ਮੈਂ ਉਦੋਂ ਰਿਫਿਊਜੀ ਕੈਂਪਾਂ ਦੇ ਵਿੱਚ ਗਿਆ ਸੀ, ਸ਼ਰਨਾਰਥੀ ਕੈਂਪਾਂ ਦੇ ਵਿੱਚ ਗਿਆ ਸੀਗਾ, ਜਿਹੜੇ ਰਾਹਤ ਕੈਂਪ ਲੱਗੇ ਸੀਗੇ, ਸ਼ੌਰੀ ਦੇ ਮਾਫੀ ਰਾਹਤ ਕੈਂਪ ਕਵਾਂਗੇ ਆਪਾਂ, ਰਿਲੀਫ ਕੈਂਪ ਜਿਹਨਾਂ ਨੂੰ ਕਹਿ ਦਿੰਦੇ ਆ। ਤਾਂ ਉਹ ਕਹਿੰਦੇ ਕਿ ਮੈਂ ਰਾਹਤ ਕੈਂਪਾਂ ਦੇ ਵਿੱਚ ਗਿਆ ਸੀਗਾ, ਤਾਂ ਉੱਥੇ ਜਾ ਕੇ ਮੈਂ ਜਦੋਂ ਪਤਾ ਕੀਤਾ, ਵੱਖ ਵੱਖ ਲੋਕਾਂ ਨੂੰ ਮਿਲਿਆ, ਉਹਨਾਂ ਸਾਰਿਆਂ ਨੇ ਆਹੀ ਨਾਂ ਲਏ, ਇਸ ਤੋਂ ਇਲਾਵਾ ਕਿਸੇ ਦਾ ਨਾਂ ਨਹੀਂ ਲਿਆ। ਤਾਂ ਇੱਥੇ ਫਿਰ ਕੈਪਟਨ ਅਮਰਿੰਦਰ ਸਿੰਘ ਜਿਵੇਂ ਕਹਿ ਲਈਏ ਕਿ ਅਕਾਲੀਆਂ ਨੂੰ ਹਾਜ਼ੀ ਕਰਕੇ, ਉਹ ਕਹਿੰਦੇ ਕਿ ਜੇਕਰ ਇਹ ਬੰਦੇ ਤੁਹਾਨੂੰ ਪਤਾ ਸੀਗਾ ਤਾਂ ਤੁਸੀਂ ਇਹ ਬੰਦੇ ਹੁਣ ਤੱਕ ਪਾਰਟੀ ਚ ਕਿਉਂ ਰੱਖੇ, ਤੇ ਜੇ ਪਾਰਟੀ ਨੇ ਰੱਖੇ ਸੀ ਤੁਸੀਂ ਹੁਣ ਪਾਰਟੀ ਚ ਕਿਉਂ ਰੱਖੇ, ਤੁਸੀਂ ਆਪਣੇ ਆਪ ਨੂੰ ਪਾਰਟੀ ਚ ਕਿਉਂ ਰੱਖਿਆ? ਇਹ ਇਸ ਤੋਂ ਇਲਾਵਾ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋਇਆ ਕਿ ਜੇ ਤੁਹਾਨੂੰ ਹੁਣ ਤੱਕ ਪਤਾ ਸੀਗਾ ਕੈਪਟਨ ਸਾਹਿਬ ਤੇ ਤੁਸੀਂ ਚੁੱਪ ਕਿਉਂ ਰਹੇ? ਇਹ ਸਾਰੇ ਸਵਾਲ ਜਿਹੜੇ ਸੀਗੇ ਉਹ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਉਲਝਾ ਗਏ। ਤਾਂ ਕੁੱਲ ਮਿਲਾ ਕੇ ਦੇਖ ਲਓ ਕਿ ਰਾਹੁਲ ਗਾਂਧੀ ਹੈ ਜਿਹੜਾ, ਉਹ ਐਨ ਮੌਕੇ ਤੇ ਆ ਕੇ ਇੱਕ ਇਹੋ ਜਿਹਾ ਚੱਕਰ ਵੀ ਆਪਣੀ ਪਾਰਟੀ ਦੇ ਸਾਹਮਣੇ ਰਚ ਗਿਆ ਜਿਹਦੇ ਵਿੱਚ ਇਹ ਬੁਰੀ ਤਰ੍ਹਾਂ ਫਸ ਗਿਆ। ਕਿਉਂਕਿ ਦੇਖੋ ਇਹ ਰਾਹੁਲ ਗਾਂਧੀ ਹੈ ਜਿਹੜਾ, ਪਤਾ ਨੀ ਇਹ ਅਕਲ ਦੇ ਨਾਲ ਇੰਨੀ ਦੁਸ਼ਮਣੀ ਕਿਉਂ ਰੱਖਦਾ। ਇਹ ਉਹੀ ਰਾਹੁਲ ਗਾਂਧੀ ਆ, ਜੇ ਤੁਸੀਂ ਯੂਟਿਊਬ ਤੇ ਜਾਓਗੇ ਉੱਥੇ ਸਰਚ ਮਾਰਿਓ ਅਰਨਬ ਗੋਸਵਾਮੀ, ਉਹ ਜਿਹੜਾ ਬੜਾ ਰੌਲਾ ਪਾਉਂਦਾ ਰਾਸ਼ਟਰਵਾਦੀ ਪੱਤਰਕਾਰ ਬਣਦਾ, ਜਿਹਨੇ ਆਪਣਾ ਮੁੜ ਕੇ ਚੈਨਲ ਚਲਾ ਲਿਆ ਸੀਗਾ, ਪਹਿਲਾਂ ਟਾਈਮ ਨਾ ਵਾਲਿਆਂ ਦਾ ਹੁੰਦਾ ਸੀ, ਅਰਨਬ ਗੋਸਵਾਮੀ ਦੇ ਨਾਲ ਇਹਦੀ ਇੱਕ ਇੰਟਰਵਿਊ ਪਈ ਆ, ਜਿਹਦੇ ਵਿੱਚ ਇਹ ਆਪ ਮੰਨਦਾ ਸੀਗਾ ਕਿ ਕਾਂਗਰਸ ਦੇ ਕੁਛ ਬੰਦਿਆਂ ਦੀ ਇਨਵੋਲਵਮੈਂਟ ਹੈ ਉਸ ਕਤਲੇ, ਤੇ ਬਾਅਦ ਦੇ ਵਿੱਚ ਹੁਣ ਕਹਿੰਦਾ ਜੀ ਨਾ ਨਾ ਕਾਂਗਰਸ ਪਾਰਟੀ ਦਾ ਕੋਈ ਲਾਗਾ ਦੇਤਾ।
ਸੋ ਰਾਹੁਲ ਗਾਂਧੀ ਦੀ ਆਪਣੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਵੀ ਸਵਾਲਾਂ ਦੇ ਘੇਰੇ ਚ ਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਨਾਲ ਅੱਜ ਨਾ ਲਿਆ ਉਹਦੇ ਤੋਂ ਫਿਰ ਪੋਜੀਸ਼ਨ ਇਹਨਾਂ ਦੀ ਥੋੜੀ ਜਿਹੀ ਇਸ ਮੁੱਦੇ ਤੇ ਕਮਜ਼ੋਰ ਹੋ ਗਈ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਕਾਲੀਆਂ ਦਾ ਤੁੱਕਾ ਜਿਹੜਾ ਉਹ ਇਸ ਮਾਮਲੇ ਚ ਹੁਣ ਤੱਕ ਟਕਾਣੇ ਲੱਗਦਾ ਰਿਹਾ, ਹਰੇਕ ਤੁੱਕਾ ਟਕਾਣੇ ਅੱਜ ਲੱਗਿਆ, ਸੋ ਇਸ ਕਰਕੇ ਅੱਜ ਇਹਨਾਂ ਦਾ ਬਹੁਤ ਹੱਦ ਤੱਕ ਬਚਾਓ। ਜੀ ਜੀ ਜੀ, ਉੱਥੇ ਤਾਂ ਭਾਵੇਂ ਬਚਾਅ ਹੋ ਗਿਆ, ਪਰ ਅਮਰੀਕਾ ਦੇ ਵਿੱਚ ਤਾਂ ਅਕਾਲੀਆਂ ਪ੍ਰਤੀ ਜਿਹੜਾ ਮਿੰਟੂ ਜੀ ਕਾਫੀ ਰੋਸ ਜਿਹੜਾ ਉਹ ਦੇਖਿਆ ਜਾ ਰਿਹਾ, ਕਿਉਂਕਿ ਕੁਛ ਦਿਨ ਪਹਿਲਾਂ ਉਸਨੇ ਵੀਡੀਓ ਪਾ ਕੇ ਲੋਕਾਂ ਨੂੰ ਇਦਾਂ ਵੰਗਾਰ ਦਿੰਦਿਆ ਸੀ ਵੀ ਜਿੱਦਾਂ ਪਤਾ ਨੀ ਕੀ ਕਰ ਦਿੱਤਾ। ਨਹੀਂ ਦੇਖੋ, ਦੋਨੇ ਚੀਜ਼ਾਂ ਗਲਤ ਨੇ। ਮੈਂ ਤੇ ਪਹਿਲੇ ਦਿਨ ਜਿੱਦਣ ਹੋਇਆ ਸੀ ਵਿਰੋਧ, ਆਪਾਂ ਉਦਣ ਵੀ ਗੱਲ ਕਹੀ ਸੀਗੀ ਕਿ ਵਿਰੋਧ ਦਾ ਤਰੀਕਾ ਗਲਤ ਆ, ਵਿਰੋਧ ਦਾ ਸਰੀਕਾ ਜਿਹੜਾ ਉਹ ਗਲਤ ਆ। ਦੂਸਰਾ ਜਿਹੜਾ ਐਪੀਸੋਡ ਵਾਪਰਿਆ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਠੀਕ ਆ, ਜਿਹੜਾ ਕੁਛ ਵਾਪਰਿਆ ਉਹ ਗਲਤ ਵਾਪਰਿਆ। ਪਰ ਜਿਸ ਤਰੀਕੇ ਨਾਲ ਮਨਜੀਤ ਸਿੰਘ ਜੀ ਕੇ ਨੇ ਇੱਕ ਜਿੱਦਾਂ ਕਹੀਏ ਨਾ ਕਿ ਉਕਸਾਇਆ, ਉਕਸਾਹਟ ਪੈਦਾ ਕੀਤੀ, ਭੜਕਾਹਟ ਪੈਦਾ ਕੀਤੀ, ਇਹਨਾਂ ਦੀ ਲੀਡਰਸ਼ਿਪ ਨੂੰ ਵੀ ਚਾਹੀਦਾ ਸੀਗਾ ਕਿ ਵਿੱਚ ਪੈ ਕੇ ਕੁਛ ਨਾ ਕੁਛ ਮਾਹੌਲ ਹੈ ਜਿਹੜਾ ਸ਼ਾਂਤ ਕਰ ਦੇ। ਦੂਸਰਾ ਹੈ ਕਿ ਅਮਰੀਕਾ ਦੀ ਲੀਡਰਸ਼ਿਪ ਵੀ ਹੈ ਜਿਹੜੀ ਇਹਨਾਂ ਦੀ, ਉਹ ਸਵਾਲਾਂ ਦੇ ਘੇਰੇ ਚ ਆ, ਕਈ ਸਵਾਲ ਉਹਨਾਂ ਤੇ ਵੀ ਖੜੇ ਹੁੰਦੇ ਆ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਨਾਲ ਵਾਪਰਿਆ ਪਹਿਲਾ ਐਪੀਸੋਡ ਵਾਪਰਿਆ ਉਹ ਵੀ ਗਲਤ ਸੀ, ਪਰ ਮਨਜੀਤ ਸਿੰਘ ਜੀ ਕੇ ਨੇ ਬਲਦੀ ਤੇ ਤੇਲ ਆਪ ਪਾਇਆ, ਤਾਂ ਕੀ ਲੋੜ ਹੈ ਏਦਾਂ ਕਹਿਣ ਦੀ। ਹੁਣ ਤੁਸੀਂ ਸਾਰਿਆਂ ਨੂੰ ਇਸ ਤਰ੍ਹਾਂ ਕਹੋਗੇ ਕਿ ਬੇਅੰਤ ਨੇ ਭਜਾਇਆ, ਫਲਾਣੇ ਨੇ ਭਜਾਇਆ, ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਚੋਬ ਲਾਉਣ ਵਾਲੀ ਗੱਲ ਹੈ। ਜਦਕਿ ਹੁਣ ਇਹ ਮਸਲਾ ਜਿਹੜਾ ਇਹ ਚੋਬਾਂ ਤੱਕ ਜੇ ਤੁਸੀਂ ਲਿਜਾਓਗੇ ਤੇ ਤੁਹਾਡੇ ਚ ਖੱਪੇ, ਤੁਹਾਡੇ ਚ ਖਾਈਆਂ ਵਧਣਗੀਆਂ। ਔਰ ਦੋਵਾਂ ਨੂੰ ਮੈਂ ਕਹੂੰਗਾ, ਦੋਵੇਂ ਦੋਵੇਂ ਧਿਰਾਂ ਚ ਲੀਆਂ, ਚਾਹੇ ਆਪਣੇ ਆਪ ਨੂੰ ਉਹ ਦੋਵੇਂ ਸਹੀ ਮੰਨਦੀਆਂ ਹੋਣ, ਪਰ ਮੈਂ ਤੇ ਇਹੋ ਹੀ ਕਹੂੰਗਾ ਕਿ ਓਵਰਆਲ ਦੇਖੋ ਕਿ ਤੁਹਾਡਾ ਅਕਸ ਜਿਹੜਾ ਉਹ ਇੱਕ ਸਿੱਖ ਕੌਮ ਦੇ ਤੌਰ ਤੇ ਬਾਹਰ ਜਾ ਰਿਹਾ। ਕੌਮਾਂਤਰੀ ਪੱਧਰ ਤੇ ਜੇ ਤੁਸੀਂ ਦੇਖੋਗੇ ਤਾਂ ਸਿੱਖਾਂ ਦੀ ਆਪਸੀ ਲੜਾਈ ਹੀ ਉੱਤੇ ਗਿਣੀ ਜਾਣੀ ਹੈ ਕਿ ਇਹਨਾਂ ਦੀ ਲੜਾਈ ਹੈ ਜਿਹੜੀ ਸੜਕਾਂ ਤੇ ਦੇਖੋ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਲੜੀ ਜਾਂਦੀ। ਤਾਂ ਉਸ ਸਮੇਂ ਜਿਹੜਾ ਤੁਹਾਡਾ ਨਿਆਰਾਪਣ ਹੈ ਤੁਹਾਡੀ ਵਿਲੱਖਣ ਦਾ, ਉਹਦੀ ਜਿਹੜੀ ਅਕਸ ਉਹਦੀ ਸਾਖ ਹੈ ਜਿਹੜੀ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀ ਹੈ। ਸੋ ਕਹਿਣ ਦਾ ਮਤਲਬ ਆ ਕਿ ਠੀਕ ਆ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਕਾਲੀਆਂ ਨੂੰ ਠੀਕ ਕਰਨੀਆਂ ਚਾਹੀਦੀਆਂ ਸੀ, ਇਹਨਾਂ ਨੂੰ ਵੇਖਣਾ ਚਾਹੀਦਾ ਸੀ ਗਲਤੀਆਂ ਕੀ ਹੋਈਆਂ ਨੇ, ਗਲਤੀਆਂ ਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ, ਲੋਕਾਂ ਦਾ ਰੋਸ ਦੂਰ ਕਿੱਦਾਂ ਕੀਤਾ ਜਾ ਸਕਦਾ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਵੇਖਣੀਆਂ ਸਨ। ਪਰ ਦੂਸਰੇ ਪਾਸੋਂ ਜੋ ਕੁਛ ਵਾਪਰਦਾ ਪਿਆ ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਜਿਹੜਾ ਓਵਰਆਲ ਮੈਸੇਜ ਆਊਗਾ ਉਹ ਮੈਸੇਜ ਜਿਹੜਾ ਉਹ ਸਾਰੀ ਕੌਮ ਦੇ ਅਕਸ ਦੇ ਵਿਰੋਧ ਦੇ ਵਿੱਚ ਹੀ ਆ। ਜੀ 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 ਬਿਲਕੁਲ, ਖਾਸ ਕਰਕੇ ਤਾਂ ਇਹ ਕਿਹਾ ਜਾ ਸਕਦਾ ਵੀ ਹੁਣ ਵੀ ਲੋਕਾਂ ਦੇ ਵਿੱਚ ਵੈਸੇ ਇਹਨਾਂ ਦੇ ਬਹਿਬਲ ਕਲਾਂ ਕਾਂਡ ਤੋਂ ਬਾਅਦ ਦੇ ਵਿੱਚ ਹੁਣ ਰਿਪੋਰਟਾਂ ਆਉਣ ਤੋਂ ਬਾਅਦ ਚ ਕਈ ਕੁਛ ਹੋਣ ਕਰਕੇ ਲੋਕਾਂ ਦੇ ਮਨਾਂ ਵਿੱਚ ਰੋਸ ਵੀ ਜਿਹੜਾ ਇਹਨਾਂ ਦੇ ਪ੍ਰਤੀ। ਬਿਲਕੁਲ, ਇੱਥੇ ਇੰਟੈਲੀਜੈਂਸ ਦੀ ਰਿਪੋਰਟ ਤੇ ਇਹ ਆਈ ਜਾਂਦੀ ਆ ਕਿ ਇੱਥੇ ਵੀ ਖਤਰਾ ਹੋ ਗਿਆ ਅਕਾਲੀਆਂ ਦੇ ਲੀਡਰਾਂ ਨੂੰ, ਇੱਥੇ ਪੰਜਾਬ ਚ ਵੀ ਖਤਰਾ ਹੋ ਗਿਆ। ਤੇ ਹੋ ਸਕਦਾ ਜਿੱਦਾਂ ਤੁਹਾਨੂੰ ਯਾਦ ਹੋਣਾ ਬੇਹੁਰਮਤੀ ਵਾਲਾ ਜਿਹੜਾ ਸਿਲਸਿਲਾ ਚੱਲਿਆ ਸੀ, ਜਿਸ ਤਰੀਕੇ ਨਾਲ ਉਦੋਂ ਹਮਲੇ ਹੋਣੇ ਸ਼ੁਰੂ ਹੋ ਗਏ ਸੀ ਪਿੰਡਾਂ ਚ, ਇਹ ਇੰਟੈਲੀਜੈਂਸ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਹੋ ਸਕਦਾ ਇੱਥੇ ਵੀ ਹਮਲੇ ਹੋਣ, ਚੌਕੰਨੇ ਹੋ ਕੇ ਰਹਿਣ ਦੀ ਜ਼ਰੂਰਤ ਆ। ਤੋ ਇੰਟੈਲੀਜੈਂਸ ਦੀਆਂ ਰਿਪੋਰਟਾਂ ਤੇ ਇਹੋ ਜਿਹੀਆਂ ਆਈ ਜਾਂਦੀਆਂ ਇੱਥੇ ਪੰਜਾਬ ਚ। ਜੀ ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਣੇ ਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਪ੍ਰੀਤ, ਓ ਸਤਬੀਰ ਵੀਰ ਜੀ, ਤੁਹਾਡੀ ਤਾਂ